ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ? ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਤਾਂ ਰਾਜੇ, ਜਿਹੜਾ ਤੁਹਾਡੇ ਵਾਸਤੇ ਅੱਜ ਮੈਂ ਲੈ ਕੇ ਆਇਆ ਲੈਕਚਰ, ਇਹ ਲੈਕਚਰ ਹੈਗਾ ਆਪਣੇ ਇਨਵਾਇਰਮੈਂਟ ਦਾ, ਕਿਉਂਕਿ ਇਨਵਾਇਰਮੈਂਟ ਦੇ ਨਾਲ ਸੰਬੰਧਿਤ ਪ੍ਰਸ਼ਨ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਆਉਣ ਲੱਗ ਪਏ। ਠੀਕ ਹੈ ਜੀ, ਅਤੇ ਆਪਾਂ ਇਨਵਾਇਰਮੈਂਟ ਦੀ ਥਿਊਰੀ ਨਹੀਂ ਕਰਾਂਗੇ। ਠੀਕ ਹੈ ਜੀ, ਆਪਾਂ ਇਨਵਾਇਰਮੈਂਟ ਸਬਜੈਕਟ ਦੀ ਥਿਊਰੀ ਨਹੀਂ ਕਰਾਂਗੇ, ਆਪਾਂ ਇਹਦੇ MCQ ਕਰਾਂਗੇ। MCQ ਵੀ ਆਪਾਂ ਇਹਦੇ ਟੋਪਿਕ ਵਾਈਜ਼ ਕਰਾਂਗੇ। ਇਹ ਨਹੀਂ ਹੈਗਾ ਕਿ ਮਤਲਬ ਕਿਸੇ ਦੀ ਲੱਤ ਫੜ ਲਈ, ਕਿਸੇ ਦੀ ਬਾਂਹ ਫੜ ਲਈ। ਮੰਨ ਲਓ ਇੱਕ ਪਾਸੇ ਦਾ ਮੈਂ ਤੁਹਾਨੂੰ ਲੋਡ ਕਰਵਾਈ ਜਾਂਦਾ ਕਿ ਭਾਰਤ ਦਾ ਪਹਿਲਾ ਵਾਇਸ ਰਾਏ ਕੌਣ ਸੀ, ਇੱਕ ਪਾਸੇ ਦੂਜਾ ਪ੍ਰਸ਼ਨ ਮੈਂ ਤੁਹਾਨੂੰ ਪਾਈ ਜਾਂਦਾ ਕਿ ਮਹਾਤਮਾ ਗਾਂਧੀ ਸੀ ਜਿਹੜੇ, ਉਹ ਭਾਰਤ ਕਿਤੋਂ ਪਰਤੇ ਸੀਗੇ। ਠੀਕ ਹੈ ਜੀ, ਤਾਂ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਹੈਗਾ, ਆਪਾਂ ਪਹਿਲਾਂ ਇੱਕ ਟੋਪਿਕ ਚੱਕਾਂਗੇ। ਉਹ ਟੋਪਿਕ ਚੱਕ ਕੇ ਜਿਵੇਂ ਹੁਣ ਅੱਜ ਆਪਾਂ ਇਨਵਾਇਰਮੈਂਟ ਦੇ ਲਗਭਗ ਤੁਹਾਨੂੰ ਮੈਂ 11 ਤੋਂ 12 ਟੋਪਿਕ ਹੈਗੇ ਇਨਵਾਇਰਮੈਂਟ ਦੇ। ਠੀਕ ਹੈ, 11 ਕੁ ਟੋਪਿਕ ਇਨਵਾਇਰਮੈਂਟ ਜਿਹੜਾ ਆਪਾਂ ਕਰਾਂਗੇ। ਇਹ ਸਾਰੇ ਪ੍ਰਸ਼ਨ ਰਾਜੇ ਪੇਪਰਾਂ ਦੇ ਵਿੱਚ ਆਏ ਹੋਏ ਆ, ਅਤੇ ਇਹ ਸਾਰੇ ਪ੍ਰਸ਼ਨ NCERT ਦੇ ਵਿੱਚੋਂ, ਬੁੱਕ ਦੇ ਵਿੱਚੋਂ ਲੈਤੇ ਹੋਏ ਆ, ਕਿਉਂਕਿ ਜੇਕਰ ਤੁਸੀਂ SSC ਦੀ ਗੱਲ ਕਰ ਲਓ, ਚਾਹੇ ਤੁਸੀਂ PCS ਦੀ ਗੱਲ ਕਰ ਲਓ, ਚਾਹੇ IAS ਦੀ ਗੱਲ ਕਰ ਲਓ, ਚਾਹੇ IPS ਦੀ ਗੱਲ ਕਰ ਲਓ, ਉਹਨਾਂ ਵਿੱਚੋਂ ਉਹਨਾਂ ਦੇ ਪੇਪਰਾਂ ਦੇ ਵਿੱਚ ਹੀ ਇਹ ਪ੍ਰਸ਼ਨ ਆਏ ਹੋਏ ਆ। ਠੀਕ ਹੈ ਜੀ, SSC ਦੇ ਵਿੱਚ ਵੀ ਇਹ ਪ੍ਰਸ਼ਨ ਆਏ ਹੋਏ ਆ, ਅਤੇ ਇਹ ਪ੍ਰਸ਼ਨ ਰਾਜੇ NCERT ਦੇ ਬੁੱਕ ਦੇ ਵਿੱਚੋਂ ਆਏ ਹੋਏ ਆ। ਜੇਕਰ ਕੋਈ ਬੱਚੇ ਨੂੰ ਕਿਤੋਂ ਵੀ ਕੋਈ ਇਨਵਾਇਰਮੈਂਟ ਦਾ ਪ੍ਰਸ਼ਨ ਪੈਂਦਾ ਤਾਂ ਇਹਦੇ ਵਿੱਚੋਂ ਪਊਗਾ, ਬਾਹਰੋਂ ਨਹੀਂ ਪਊਗਾ। ਠੀਕ ਹੈ ਜੀ, ਅਤੇ ਬਾਕੀ ਆਪਾਂ ਟੋਪਿਕ ਫੁੱਲ ਕਰਾਂਗੇ। ਠੀਕ ਹੈ, ਅੱਜ ਦੀ ਆਪਣੀ ਕਲਾਸ ਨੰਬਰ 1 ਹੈ, ਅੱਜ ਆਪਾਂ ਗੱਲ ਕਰ ਰਹੇ ਹਾਂਗੇ ਕਲਾਸ ਨੰਬਰ 1 ਦੇ ਵਿੱਚ ਆਪਾਂ ਡਿਸਕਸ਼ਨ ਕਰਾਂਗੇ ਇਨਵਾਇਰਮੈਂਟ ਐਂਡ ਸਸਟੇਨੇਬਲ ਡਿਵਲਪਮੈਂਟ, ਇਹਦੇ ਬਾਰੇ ਗੱਲ ਕਰਾਂਗੇ। ਬਾਕੀ ਰਾਜੇ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਆਪਣੇ ਪੰਜਾਬ ਪੁਲਿਸ ਦੇ ਸਾਰੇ ਬੈਚਾਂ ਦੇ ਉੱਪਰ ਔਫ ਚੱਲ ਰਿਹਾ ਹੈਗਾ। ਜੇ ਕੋਈ ਕੈਂਡੀਡੇਟ ਜੁਆਇਨ ਕਰਨਾ ਚਾਹੁੰਦਾ ਤਾਂ ਆਪਣੀ ਐਪ ਹੈਗੀ ਪਲੇ ਸਟੋਰ 'ਤੇ, ਦੀਪ ਭੁੱਲਰ ਐਜੂਕੇਸ਼ਨ ਅਰਾ, ਇਹ ਐਪ ਤੁਸੀਂ ਡਾਊਨਲੋਡ ਕਰ ਸਕਦੇ ਹੋ। ਜਿੰਨਾ ਬੱਚਿਆਂ ਕੋਲ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੀ ਆ, ਕਲਾਸ ਪਲੱਸ ਅਤੇ ORG ਕੋਡ ਫਿੱਲ ਕਰਨਾ, XXX ਰੈਮ। ਬਾਕੀ ਜੇਕਰ ਕਿਸੇ ਕੈਂਡੀਡੇਟ ਕੋਈ ਪ੍ਰੋਬਲਮ ਆਉਂਦੀ ਹੈ, 78 41 985 ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ। ਠੀਕ ਹੈ ਜੀ, ਗਗਨਦੀਪ ਮੇਰਾ ਨਾਮ ਹੈਗਾ। ਠੀਕ ਹੈ ਨਾ ਜੀ, ਬੈਚ ਦੇ ਵਿੱਚ ਤੁਹਾਨੂੰ ਸਾਰੇ ਲੈਕਚਰ ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ, ਮੈਥ ਅਤੇ ਇੰਗਲਿਸ਼ ਟ੍ਰਿਕਸ ਦੇ ਨਾਲ ਕਰਵਾਈ ਜਾਊਗੀ। ਬਾਕੀ ਸਾਰੀਆਂ ਕਲਾਸਾਂ ਨਾਲ PDF ਅਤੇ ਆਲ ਵੀਡੀਓ ਲੈਕਚਰ ਹੋਣਗੇ। ਜਿਹੜੇ ਬੱਚੇ ਪਹਿਲੀ ਵਾਰ ਤਿਆਰੀ ਕਰ ਰਹੇ ਉਹਨਾਂ ਵਾਸਤੇ ਤਾਂ ਬਹੁਤ ਜ਼ਿਆਦਾ ਵਧੀਆ ਬੈਚ ਹੈ। ਚਲੋ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ। ਕਹਿੰਦੇ ਜੀ ਇਨਵਾਇਰਮੈਂਟ ਨੂੰ ਲੈ ਕੇ ਇੰਡੀਆ ਦੇ ਵਿੱਚ ਇੱਕ ਐਕਟ ਲਾਗੂ ਕੀਤਾ ਗਿਆ ਸੀਗਾ, ਭਾਰਤ ਵਿੱਚ ਵਾਤਾਵਰਨ ਸੁਰੱਖਿਆ, ਕਿ ਆਪਾਂ ਜਿਹੜਾ ਆਪਣਾ ਵਾਤਾਵਰਨ ਹੈਗਾ, ਠੀਕ ਹੈ ਜੀ, ਉਹਨੂੰ ਕਿਸ ਤਰ੍ਹਾਂ ਬਚਾਉਣਾ ਗਾ। ਠੀਕ ਹੈ ਜੀ, ਆਪਣੇ ਵਾਤਾਵਰਨ ਨੂੰ ਕਿਸ ਤਰ੍ਹਾਂ ਬਚਾਉਣਾ ਗਾ, ਅਤੇ ਉਹਦੀ ਆਪਾਂ ਸਾਂਭ ਸੰਭਾਲ ਕਿਵੇਂ ਕਰਨੀ ਆ, ਉਹਦੇ ਵਾਸਤੇ ਆਪਾਂ ਇਨਵਾਇਰਮੈਂਟ ਐਕਟ ਕਿਤੋਂ ਲੈ ਕੇ ਆਏ ਸੀ। ਇਹ ਐਕਟ ਲੈ ਕੇ ਆਏ ਸੀ ਜੀ ਆਪਾਂ 1986 ਦੇ ਵਿੱਚ। ਬੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ। ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਕੀ ਕੀ ਚੀਜ਼ਾਂ ਆ ਜਾਂਦੀਆਂ। ਦੇਖੋ ਜੀ, ਇਸ ਐਕਟ ਨੂੰ ਪਾਸ ਕੀਤਾ ਗਿਆ ਸੀ 1986 ਦੇ ਵਿੱਚ। ਇਹ ਐਕਟ ਹੈ ਜਿਹੜਾ ਵਾਤਾਵਰਨ ਐਕਟ ਪਾਸ ਕੀਤਾ ਗਿਆ ਸੀ। ਆਪਾਂ ਐਕਟ ਪਟੀਸ਼ਨ ਚੱਕ ਕੇ ਉਹਦੀ ਨਾਲ ਸਾਰੀ ਡਿਟੇਲ ਕਵਰ ਕਰਦਿਆਂ ਕਰਾਂਗੇ, ਤੁਹਾਨੂੰ ਥਿਊਰੀ ਪੜ੍ਹਨੀ ਨਾ ਪਵੇ। ਠੀਕ ਹੈ ਜੀ, ਆਪਣੇ ਵਾਤਾਵਰਨ ਦੇ ਵਿੱਚ ਪਾਣੀ, ਸਥਾਨ, ਪੌਦੇ, ਜਾਨਵਰ, ਭੌਤਿਕ ਅਤੇ ਰਸਾਇਣਿਕ ਕਿਰਿਆਵਾਂ, ਸਭ ਕੁਝ ਸ਼ਾਮਿਲ ਹੁੰਦਾ ਆਪਣੇ ਵਾਤਾਵਰਨ ਦੇ ਵਿੱਚ। ਦੇਖੋ ਜੀ, ਸਾਰਾ ਕੁਝ ਆਪਣਾ ਵਾਤਾਵਰਨ ਹੀ ਆਲੇ ਦੁਆਲੇ। ਠੀਕ ਹੈ ਜੀ, ਮੀਂਹ ਆਉਂਦਾ ਹੈ, ਜਿੱਥੇ ਆਪਾਂ ਰਹਿੰਦੇ ਹਾਂ, ਸਾਹ ਲੈਂਦੇ ਹਾਂ, ਜਿੱਥੋਂ ਆਪਾਂ ਕੁਛ ਪੌਦੇ ਉਗਾਉਣੇ ਆ, ਆਪਣੇ ਸਾਰਾ ਕੁਛ ਆਪਣੇ ਵਾਤਾਵਰਨ ਆ ਜਾਂਦਾ ਆਪਣੇ ਪਾਸੇ, ਆਸੇ ਪਾਸੇ ਜਿਹੜਾ ਐਟਮੋਸਫੀਅਰ ਹੁੰਦਾ ਗਾ। ਠੀਕ ਹੈ ਜੀ, ਵਾਤਾਵਰਨ ਦਿਵਸ ਹੈ ਜਿਹੜਾ, ਇਹ ਪੂਰੀ ਦੁਨੀਆਂ ਦੇ ਵਿੱਚ 5 ਜੂਨ ਨੂੰ ਮਨਾਇਆ ਜਾਂਦਾ ਗਾ। ਪਹਿਲਾ ਪ੍ਰਸ਼ਨ ਤੁਹਾਡਾ ਆਹ ਹੋ ਗਿਆ ਕਿ ਭਾਰਤ ਵਿੱਚ ਵਾਤਾਵਰਨ ਪ੍ਰੋਟੈਕਸ਼ਨ ਐਕਟ ਹੈ ਜਿਹੜਾ, ਉਹ ਕਦੋਂ ਲਾਗੂ ਕੀਤਾ ਗਿਆ ਸੀ 1986 ਦੇ ਵਿੱਚ। ਦੂਜਾ ਤੁਹਾਡੇ ਨੂੰ ਪੁੱਛਿਆ ਜਾਊਗਾ ਕਿ ਵਾਤਾਵਰਨ ਦਿਵਸ ਮਨਾਇਆ ਕਦੋਂ ਜਾਂਦਾ, 5 ਜੂਨ ਨੂੰ ਮਨਾਇਆ ਜਾਂਦਾ ਗਾ। ਤੀਸਰਾ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਨੈਸ਼ਨਲ ਇਨਵਾਇਰਮੈਂਟ ਇੰਜੀਨੀਅਰਿੰਗ ਰਿਸਰਚ ਇੰਸਟੀਟਿਊਟ ਹੈ ਕਿੱਥੇ, ਤਾਂ ਇਹ ਸਥਿਤ ਹੈਗਾ ਜੀ ਨਾਗਪੁਰ ਦੇ ਵਿੱਚ। ਤੀਜਾ ਪ੍ਰਸ਼ਨ ਤੁਹਾਡਾ ਏ ਬਣ ਗਿਆ। ਸਾਰੇ ਪ੍ਰਸ਼ਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਅਤੇ ਇਹ ਆਏ ਹੋਏ ਹੈਗੇ। ਠੀਕ ਹੈ ਜੀ, ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ,
ਕਹਿੰਦੇ ਇਹਨਾਂ ਵਿੱਚੋਂ ਕਿਹੜਾ ਵਾਤਾਵਰਨ ਸੁਰੱਖਿਆ ਦੇ ਨਾਲ ਸੰਬੰਧਿਤ ਨਹੀਂ ਹੈਗਾ, ਕਿ ਵਾਤਾਵਰਨ ਦੀ ਆਪਾਂ ਸੁਰੱਖਿਆ ਕਰਨੀ ਹੈ, ਬਾਕੀ ਤੱਤ ਉਹਦੇ ਨਾਲ ਸੰਬੰਧਿਤ ਹੋਣਗੇ, ਕਿਵੇਂ ਆਪਾਂ ਰੱਖਿਆ ਕਰਨੀ ਹੈ, ਕਿਵੇਂ ਸੁਰੱਖਿਆ ਕਰਨੀ ਹੈ, ਪਰ ਇਹਨਾਂ ਦੇ ਵਿੱਚੋਂ ਇੱਕ ਤੱਤ ਇਹ ਹੈ ਜਿਹੜਾ ਵਾਤਾਵਰਨ ਸੁਰੱਖਿਆ ਨਾਲ ਸੰਬੰਧਿਤ ਨਹੀਂ ਹੈਗਾ। ਦੇਖੋ ਜੀ, ਟਿਕਾਊ ਵਿਕਾਸ ਸਸਟੇਨੇਬਲ ਡਿਵਲਪਮੈਂਟ ਇਹ ਵਾਤਾਵਰਨ ਸੁਰੱਖਿਆ ਨਾਲ ਸੰਬੰਧਿਤ ਆ। ਸਸਟੇਨੇਬਲ ਡਿਵਲਪਮੈਂਟ ਕੀ ਹੁੰਦਾ? ਸਸਟੇਨ ਜਿੱਥੇ ਵੀ ਕਿਤੇ ਸਾਨੂੰ ਸਸਟੇਨੇਬਲ ਸ਼ਬਦ ਮਿਲ ਗਿਆ, ਇਹਦਾ ਮਤਲਬ ਇਹ ਹੈ ਕਿ ਆਪਾਂ ਮੰਨ ਲਓ ਆਪਾਂ ਫਸਲ ਉਗਾਉਣੀ ਹੈ, ਹੁਣ ਆਪਾਂ ਮੰਨ ਲਓ ਝੋਨਾ ਉਗਾਲਿਆ, ਝੋਨੇ 'ਤੇ ਆਪਾਂ ਕਿੰਨਾ ਖਰਚਾ ਕਰਤਾ? ਘੱਟੋ ਘੱਟ ਆਪਾਂ ਕਿੱਲੇ ਦੇ ਉੱਪਰ 12 ਤੋਂ 13 ਹਜ਼ਾਰ ਰੁਪਏ ਖਰਚਾ ਕਰਤਾ। ਸਸਟੇਨੇਬਲ ਖੇਤੀਬਾੜੀ ਆਪਾਂ ਨੂੰ ਇਹ ਦੱਸਦੀ ਹੈ, ਜਾਂ ਸਸਟੇਨੇਬਲ ਡਿਵਲਪਮੈਂਟ ਇਹ ਦੱਸਦਾ, ਜਾਂ ਸਸਟੇਨੇਬਲ ਐਗਰੀਕਲਚਰ ਆਪਾਂ ਨੂੰ ਇਹ ਚੀਜ਼ ਦੱਸਦੀ ਹੈ ਕਿ ਆਪਾਂ ਘੱਟ ਤੋਂ ਘੱਟ ਖਰਚਾ ਕਰਕੇ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਗਾ। ਠੀਕ ਹੈ ਜੀ, ਉਹਨੂੰ ਸਸਟੇਨੇਬਲ ਕਹਿ ਦਿੰਦੇ ਆ। ਇਹ ਚੀਜ਼ ਵਾਤਾਵਰਨ ਸੁਰੱਖਿਆ ਨਾਲ ਸੰਬੰਧਿਤ ਹੈ, ਪਰ ਇਹਨਾਂ ਨੇ ਪੁੱਛਿਆ ਕਿਹੜੀ ਸੰਬੰਧਿਤ ਨਹੀਂ ਹੈਗੀ। ਦੂਜੀ, ਏਅਰ ਕੰਡੀਸ਼ਨਿੰਗ। ਠੀਕ ਹੈ ਜੀ, ਆਪਾਂ ਨੂੰ ਏਅਰ ਕੰਡੀਸ਼ਨ ਜਿਵੇਂ ਆਪਣੇ AC-UC ਚੱਲਦੇ, ਇਹਨਾਂ ਦੀ ਵਰਤੋਂ ਆਪਾਂ ਨੂੰ ਘੱਟ ਕਰਨੀ ਚਾਹੀਦੀ ਹੈ, ਇਹ ਵੀ ਵਾਤਾਵਰਨ ਸੁਰੱਖਿਆ ਨਾਲ ਸੰਬੰਧਿਤ ਹੈ। ਤੀਜਾ, ਪੇਪਰ ਬੈਗ। ਤੁਸੀਂ ਦੇਖਿਆ ਹੋਣਾ ਜਿੱਥੇ ਵੀ ਹੁਣ ਮੋਮੀ ਕਾਗਜ਼ ਦੁਕਾਨਾਂ 'ਤੇ ਪਏ ਹੁੰਦੇ, ਉਹਨਾਂ 'ਤੇ ਛਾਪੇਮਾਰੀ ਹੁੰਦੀ ਹੈ, ਹੈ ਨਾ। ਕਹਿੰਦੇ ਜਿਹੜੇ ਮੋਮੀ ਕਾਗਜ਼ ਹੁੰਦੇ ਗਲਦੇ ਨਹੀਂ ਹੁੰਦੇ, ਤਾਂ ਕਰਕੇ ਤਾਂ ਰੋਕ ਲਾਈ ਵੀ ਹੈ ਕਿ ਜਿਹੜਾ ਆਪਾਂ ਗਲਣ ਵਾਲਾ ਇੱਕ ਇੰਸਟਰੂਮੈਂਟ ਹੈ ਉਹਦੇ ਮਤਲਬ ਅੱਜ ਦੇ ਟਾਈਮ ਦੇ ਵਿੱਚ ਲਿਫਾਫੇ ਤਿਆਰ ਕੀਤੇ ਜਾਂਦੇ ਆ। ਤਾਂ ਗਰੀਬੀ ਦੂਰ ਕਰਨਾ, ਗਰੀਬੀ ਦੂਰ ਕਰਨਾ ਰਾਜੇ ਇਹ ਇੱਕ ਇਕੋਨੋਮੀ ਦਾ ਵਿਸ਼ਾ ਹੈਗਾ, ਇਹ ਇਕੋਨੋਮੀ ਦਾ, ਇਕਨੋਮਿਕਸ ਦਾ ਵਿਸ਼ਾ ਹੈਗਾ, ਇਹ ਵਾਤਾਵਰਨ ਨਾਲ ਸੰਬੰਧਿਤ ਨਹੀਂ ਹੈਗਾ। ਇਹਨਾਂ ਨੇ ਇਹੀ ਗੱਲ ਕਹੀ ਹੈ, ਤਾਂ ਇਹਦਾ ਆਂਸਰ ਆ ਜਾਊਗਾ ਆਪਣਾ ਬੀ ਨੰਬਰ ਆਪਸ਼ਨ, ਬਿਲਕੁਲ ਸਹੀ ਆਂਸਰ ਹੈਗਾ। ਇਹਨਾਂ ਵਿੱਚੋਂ ਕਿਹੜਾ ਵਾਤਾਵਰਨ ਸੁਰੱਖਿਆ ਨਾਲ ਸੰਬੰਧਿਤ ਨਹੀਂ ਹੈਗਾ? ਸੁਣਿਓ, ਪਾਵਰਟੀ ਐਲੀਵੇਸ਼ਨ, ਜਿਹਨੂੰ ਆਪਾਂ ਕਹਿੰਦੇ ਹਾਂ ਗਰੀਬੀ ਦੂਰ ਕਰਨਾ। ਠੀਕ ਹੈ ਜੀ, ਚਲੋ। ਇਸ ਤੋਂ ਬਾਅਦ ਕਹਿੰਦੇ ਵਾਤਾਵਰਨ ਦੀ ਸੰਯੁਕਤ ਅਵਸਥਾ ਦੇ ਵਿੱਚ ਬਾਇਓਟਿਕ ਕਾਰਕ, ਭੌਤਿਕ ਕਾਰਕ, ਆਇਓਬਾਇਓਟਿਕ ਕਾਰਕ ਮੌਜੂਦ ਹੁੰਦੇ ਹਨ। ਜੇਕਰ ਤੁਹਾਡੇ ਤੋਂ ਕੋਈ ਪੁੱਛ ਲਏ ਕਿ ਇਨਵਾਇਰਮੈਂਟ ਦੇ ਵਿੱਚ ਆਪਣੇ ਕਿਹੜੇ ਕਿਹੜੇ ਬਾਇਓਟਿਕ ਫੈਕਟਰ, ਕਿਹੜੇ ਕਿਹੜੇ ਫੈਕਟਰ ਆ ਜਾਂਦੇ ਆ, ਤਾਂ ਆਪਣੇ ਬਾਇਓਟਿਕ ਫਿਜੀਕਲ, ਇਹ ਬਾਇਓਟਿਕ, ਇਹ ਫੈਕਟਰ ਹੈ ਜਿਹੜੇ ਇਹ ਆਪਣੇ ਸੰਯੁਕਤ ਅਵਸਥਾ ਦੇ ਇਨਵਾਇਰਮੈਂਟ ਦੇ ਵਿੱਚ ਪਾਏ ਜਾਂਦੇ ਆ। ਫੈਕਟਰਾਂ ਦੀ ਗੱਲ ਆ, ਜਿਹੜਾ 3 ਫੈਕਟਰ ਪਾਏ ਜਾਣਗੇ ਆਪਣੇ, ਇਹ ਬਾਇਓਟਿਕ ਦੇ ਮੂਹਰੇ ਇਹ ਲਾਏ ਦਿਓ, ਦੁਆਰਾ ਏ ਬਾਇਓਟਿਕ ਅਤੇ ਫਿਜੀਕਲ। ਠੀਕ ਹੈ ਜੀ, ਯਾਦ ਕਰ ਲਿਓ ਤਿੰਨੇ। ਇਸ ਤੋਂ ਬਾਅਦ ਅਗਲਾ ਕਹਿੰਦੇ ਟਿਕਾਊ ਵਿਕਾਸ ਦੀ ਵਰਤੋਂ ਦੇ ਸੰਬੰਧ ਵਿੱਚ ਅੰਤਰ ਪੀੜ੍ਹੀ ਸੰਵੇਦਨਸ਼ੀਲਤਾ ਦਾ ਮਾਮਲਾ ਕੀ ਹੈ? ਸਸਟੇਨੇਬਲ ਦੀ ਮੈਂ ਗੱਲ ਹੁਣ ਹੀ ਕਰਕੇ ਹਟਿਆਂਗਾ। ਸਸਟੇਨੇਬਲ ਸ਼ਬਦ ਤੁਹਾਨੂੰ ਕਿਤੇ ਵੀ ਮਿਲ ਜੇ, ਇਹਦਾ ਮਤਲਬ ਕੀ ਹੈ? ਸੁਣਿਓ, ਕਿ ਆਪਾਂ ਘੱਟ ਤੋਂ ਘੱਟ ਖਰਚਾ ਕਰਕੇ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੈ। ਕਹਿੰਦੇ ਜੀ, ਜੇਕਰ ਆਪਾਂ ਟਿਕਾਊ ਵਿਕਾਸ ਦੀ ਵਰਤੋਂ ਦੇ ਸੰਬੰਧ ਵਿੱਚ, ਇਹਨਾਂ ਦੇ ਵਿੱਚੋਂ ਅੰਤਰ ਪੀੜ੍ਹੀ ਸੰਵੇਦਨਸ਼ੀਲਤਾ ਦਾ ਮਾਮਲਾ ਕੀ ਹੈ, ਕਿਹੜੀ ਚੀਜ਼ ਦੀ ਆਪਾਂ ਨੂੰ ਵੱਧ ਵਰਤੋਂ ਕਰਨੀ ਚਾਹੀਦੀ ਹੈ? ਟਿਕਾਊ ਖੇਤੀ ਵਾਸਤੇ ਆਪਾਂ ਨੂੰ ਰਾਜੇ ਨੈਚੁਰਲ ਰਿਸੋਰਸ ਦੀ ਵੱਧੋ ਵਰਤੋਂ ਕਰਨੀ ਚਾਹੀਦੀ ਹੈ। ਠੀਕ ਹੈ ਜੀ, ਨੈਚੁਰਲ ਰਿਸੋਰਸ ਕਿਹੜੇ ਹੁੰਦੇ? ਕਿ ਜਿਵੇਂ ਹੁਣ ਆਪਾਂ ਰੇਹਾਂ ਸਪਰੇਹਾਂ ਪਾਉਂਦੇ ਹਾਂ, ਯੂਰੀਆ ਪਾ ਦਿੰਦੇ ਹਾਂ, DAP ਪਾਉਂਦੇ ਹਾਂ, ਕਿ ਉਹਨਾਂ ਦੀ ਵਰਤੋਂ ਘੱਟ ਕਰੀਏ, ਕੰਪੋਸਟ ਖਾਦਾਂ ਜ਼ਿਆਦਾ ਪਾਈਏ ਆਪਾਂ। ਠੀਕ ਹੈ ਜੀ, ਜਿਹਦੇ ਕਰਕੇ ਕੰਪੋਸਟ ਖਾਦਾਂ ਦਾ ਖਰਚਾ ਘੱਟ ਹੁੰਦਾ, ਜਿਹੜੀਆਂ ਆਪਣੇ ਦੂਜੇ ਹੁੰਦੇ ਆ ਫਰਟੀਲਾਈਜ਼ਰ, ਉਹਨਾਂ ਦਾ ਖਰਚਾ ਜ਼ਿਆਦਾ ਹੁੰਦਾ ਗਾ। ਠੀਕ ਹੈ ਜੀ, ਤਾਂ ਇਹ ਆਪਾਂ ਨੂੰ ਨੈਚੁਰਲ ਰਿਸੋਰਸ ਦੀ ਵਰਤੋਂ ਕਰਨ ਵਾਸਤੇ ਦੱਸਦੀ ਹੈ ਸਸਟੇਨੇਬਲ ਡਿਵਲਪਮੈਂਟ। ਹੁਣ ਤਾਂ ਤੁਹਾਨੂੰ ਕਿਤੇ ਵੀ ਸਸਟੇਨੇਬਲ ਡਿਵਲਪਮੈਂਟ ਸ਼ਬਦ ਮਿਲ ਗਿਆ, ਤੁਹਾਨੂੰ ਪਤਾ ਲੱਗ ਜੂਗਾ ਕਿ ਘੱਟ ਤੋਂ ਘੱਟ ਖਰਚਾ ਕਰਕੇ ਵੱਧ ਤੋਂ ਵੱਧ ਮੁਨਾਫਾ ਕੱਢਣਾ। ਆਹ ਦੇਖੋ ਜੀ, ਥੱਲੇ ਵਾਹਵਾ ਕੁਛ ਲਿਖਿਆ ਹੋਇਆ, ਇਹਦੇ ਬਾਰੇ ਗੱਲ ਕਰ ਲਈਏ ਆਪਾਂ। ਦੇਖੋ ਜੀ, ਸਸਟੇਨੇਬਲ ਐਨਰਜੀ ਦੀ ਪਹਿਲਕਦਮੀ UN ਦੁਆਰਾ ਕੀਤੀ ਗਈ ਸੀਗੀ। ਠੀਕ ਹੈ ਜੀ, ਸਸਟੇਨੇਬਲ ਡਿਵਲਪਮੈਂਟ ਦਾ ਮੁੱਖ ਉਦੇਸ਼ ਕੀ ਹੈਗਾ? ਪ੍ਰਦੂਸ਼ਣ ਦੀ ਰੋਕਥਾਮ ਕਰਨੀ, ਗਰੀਬੀ ਨੂੰ ਘਟਾਉਣਾ। ਗਰੀਬੀ ਤਾਂ ਹੀ ਘਟੂਗੀ ਰਾਜੀ ਜੇ ਆਪਣੇ ਖਰਚੇ ਘਟਣਗੇ। ਠੀਕ ਹੈ ਜੀ, ਪ੍ਰਦੂਸ਼ਣ ਦੀ ਰੋਕਥਾਮ ਕਰਨੀ, ਇਹ ਚੀਜ਼ ਯਾਦ ਕਰਨ ਦੀ ਕੋਈ ਲੋੜ ਨਹੀਂ ਹੈਗੀ, ਇਹ ਚੀਜ਼ ਸਮਝਣ ਦੀ ਲੋੜ ਹੈਗੀ, ਯਾਦ ਕਰਨ ਦੀ ਲੋੜ ਉੱਪਰਲੀ ਹੈ। ਇਸ ਤੋਂ ਬਾਅਦ ਜੇ ਤੁਹਾਨੂੰ ਕੋਈ ਪੁੱਛ ਲਏ ਕਿ ਭਾਈ ਸਾਹਿਬ ਸਸਟੇਨੇਬਲ ਐਗਰੀਕਲਚਰ, ਇਹ ਤਾਂ ਪੜ੍ਹ ਕੇ ਡਿਵਲਪਮੈਂਟ, ਕਿ ਸਸਟੇਨੇਬਲ ਐਗਰੀਕਲਚਰ ਦਾ ਕੀ ਮਤਲਬ ਹੈ? ਇਹਦਾ ਮਤਲਬ ਹੈਗਾ ਰਾਜੇ, ਟੂ ਯੂਟੀਲਾਈਜ਼ ਲੈਂਡ ਸੋ ਇਟਸ ਕੁਆਲਿਟੀ ਰਿਮੇਨ ਇੰਟੈਕਟ। ਠੀਕ ਹੈ ਜੀ,
ਕਿ ਆਪਾਂ ਜ਼ਮੀਨ ਦੀ ਵਰਤੋਂ ਅਤੇ ਇਹਦੀ ਗੁਣਵੱਤਾ ਬਰਕਰਾਰ ਰੱਖਣੀ ਹੈ। ਜਿਵੇਂ ਹੁਣ ਆਪਾਂ ਕੀ ਕਰਦੇ ਰਾਜੇ, ਹੁਣ ਆਪਾਂ ਜ਼ਮੀਨ ਦੀ ਉਪਜਾਊ ਸ਼ਕਤੀ ਸਾਰੀ ਬਣਾਉਟੀ ਤਰੀਕੇ ਨਾਲ ਕਰੀ ਬੈਠੇ ਹਾਂ, ਠੀਕ ਹੈ ਜੀ। ਅਤੇ ਸਸਟੇਨੇਬਲ ਡਿਵਲਪਮੈਂਟ ਗੋਲ ਆ ਜਿਹੜਾ, ਇਹ ਆਪਾਂ ਕਿਹਾ ਕਿ 2030 ਤੱਕ ਅਸੀਂ ਬਾਈ ਪੂਰਾ ਕਰ ਲਾਂਗੇ, ਠੀਕ ਹੈ ਜੀ। ਚਲੋ, ਕਹਿੰਦੇ ਕਿਸੇ ਦੇਸ਼ ਦੀ ਕੁਦਰਤੀ ਰਾਜਧਾਨੀ ਦੇ ਵਿੱਚ ਹੇਠ ਲਿਖੇ ਨੂੰ ਛੱਡ ਕੇ ਬਾਕੀ ਸਭ ਸ਼ਾਮਿਲ ਹੁੰਦੇ ਹਨ। ਕਹਿੰਦੇ ਕਿਸੇ ਵੀ ਦੇਸ਼ ਦੀ ਕੋਈ ਕੁਦਰਤੀ ਰਾਜਧਾਨੀ ਹੈਗੀ, ਠੀਕ ਹੈ ਜੀ, ਇਹ ਕੰਟਰੀਜ਼ ਦਾ ਨੈਚੁਰਲ ਕੈਪੀਟਲ, ਉਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਇਸ ਚੀਜ਼ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਸ਼ਾਮਿਲ ਹੁੰਦੀਆਂ ਹੈਗੀਆਂ, ਠੀਕ ਹੈ ਜੀ। ਦੱਸੋ ਰਾਜੇ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਉਹਦੇ ਵਿੱਚ ਸ਼ਾਮਿਲ ਨਹੀਂ ਹੁੰਦੀ, ਠੀਕ ਹੈ ਜੀ। ਐਂ ਪੁੱਛ ਰਹੇ ਨੇ, ਦੇਖੋ ਜੀ ਗੱਲ ਕਿਹਦੀ ਚੱਲ ਰਹੀ ਹੈ, ਆਪਣੀ ਕੁਦਰਤੀ ਰਾਜਧਾਨੀ ਦੀ। ਦੇਖੋ ਜੀ ਸੜਕਾਂ ਕੁਦਰਤੀ ਥੋੜ੍ਹੀ ਹੁੰਦੀਆਂ, ਸੜਕਾਂ ਕੁਦਰਤੀ ਹੁੰਦੀਆਂ ਨਹੀਂ ਹੁੰਦੀਆਂ, ਸੜਕਾਂ ਆਪਾਂ ਆਪ ਬਣਾਉਣੀ ਹੈ, ਠੀਕ ਹੈ ਜੀ। ਪਹਾੜਾਂ ਨੂੰ ਵਿੱਚ ਦੀ ਬਣਾਉਣੇ ਆ, ਜੰਗਲਾਂ ਵਿੱਚ ਦੀ ਬਣਾਉਣੇ ਆ, ਖੇਤਾਂ ਵਿੱਚ ਦੀ ਬਣਾਉਣੇ ਆ। ਜੰਗਲ ਹੋ ਗਏ, ਇਹ ਆਪਣੇ ਕੁਦਰਤੀ ਰਾਜਧਾਨੀ ਦੇ ਵਿੱਚ ਆਉਣਗੇ। ਪਾਣੀ ਵੀ ਆਪਾਂ ਨੂੰ ਕੁਦਰਤੀ ਮਿਲ ਰਿਹਾ, ਮਿਨਰਲ ਖਣਿਜ ਵੀ ਆਪਾਂ ਨੂੰ ਪੂਰੇ ਮਿਲ ਰਿਹਾ। ਜਿਹੜੀਆਂ ਸੜਕਾਂ ਹੈਗੀਆਂ ਇਹ ਕੁਦਰਤੀ ਨਹੀਂ ਹੈਗੀਆਂ, ਇਹ ਆਪਾਂ ਆਪ ਬਣਾਉਣੇ ਆ। ਆਹ ਆਪਰੇਸ਼ਨ ਵੀ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ ਵਾ। ਕਹਿੰਦੇ ਜੀ ਸੋਲਰ ਰੇਡੀਏਸ਼ਨ ਦੇ ਵਿੱਚ ਮੇਨ ਰੋਲ ਕਿਹਦਾ ਹੁੰਦਾ, ਸੂਰਜੀ ਰੇਡੀਏਸ਼ਨ ਦੇ ਵਿੱਚ ਮੁੱਖ ਭੂਮਿਕਾ ਇਹਨਾਂ ਦੇ ਵਿੱਚੋਂ ਕਿਸ ਦੀ ਹੁੰਦੀ ਹੈ, ਇਹ ਪੁੱਛ ਰਹੇ ਨੇ ਆਪਾਂ ਤੋਂ। ਇਹ ਹੁੰਦੀ ਹੈ ਜੀ ਆਪਣੀ ਵਾਟਰ ਸਾਈਕਲ, ਕਿਹਦੀ ਹੁੰਦੀ ਹੈ ਜੀ, ਵਾਟਰ ਸਾਈਕਲ ਦੀ, ਪਾਣੀ ਦਾ ਚੱਕਰ। ਜੇ ਤਾਂ ਤੋਂ ਕੋਈ ਪੁੱਛ ਲੈਣਾ ਸੂਰਜੀ ਰੇਡੀਏਸ਼ਨ ਦੇ ਵਿੱਚ ਮੁੱਖ ਭੂਮਿਕਾ ਕਿਹਦੀ ਹੁੰਦੀ ਹੈ, ਵਾਟਰ ਸਾਈਕਲ ਦੀ। ਹੁਣ ਬੱਚੇ ਕਹਿੰਦੇ ਜੀ ਵਾਟਰ ਸਾਈਕਲ ਦੀ ਕਿਵੇਂ ਹੁੰਦੀ ਹੈ, ਤਾਂ ਤੁਹਾਨੂੰ ਮੈਂ ਦੱਸਦਾ ਰਾਜੇ। ਹੁਣ ਮੰਨ ਲਓ ਆਪਾਂ ਛੋਟੀ ਜਿਹੀ ਐਗਜ਼ਾਮਪਲ ਦਿੰਦਾਗਾ, ਆਪਣੇ ਪਿੰਡਾਂ ਦੇ ਵਿੱਚ ਛੱਪੜ ਹੁੰਦੇ ਆ, ਆਹ ਆਪਣੇ ਪਿੰਡਾਂ ਦਾ ਛੱਪੜ ਹੈ। ਕੀ ਹੁੰਦਾ ਗਾ, ਛੱਪੜਾਂ ਦੇ ਵਿੱਚ ਪਾਣੀ ਇਕੱਠਾ ਹੋਈ ਜਾਂਦਾ ਗਾ, ਸੂਰਜ ਦੀ ਜਦੋਂ ਰੋਸ਼ਨੀ ਪੈਂਦੀ ਹੈ ਉਹਦੇ 'ਤੇ, ਸੂਰਜ ਦੀ ਗਰਮੀ ਪੈਂਦੀ ਹੈ, ਤਾਂ ਇਹ ਪਾਣੀ ਤਿੱਤਾ ਹੋ ਕੇ ਭਾਫ਼ ਬਣ ਕੇ ਉੱਪਰ ਉੱਡਣ ਲੱਗ ਜਾਂਦਾ ਗਾ। ਉੱਪਰ ਉੱਡ ਕੇ ਜਦੋਂ ਵਗ ਜਾਂਦਾ ਉੱਪਰ ਜਾ ਕੇ ਰਾਜੇ ਦੀ ਭਾਫ਼ ਬਣ ਜਾਂਦੀ ਹੈ, ਠੀਕ ਹੈ ਜੀ। ਭਾਫ਼ ਪਾਣੀ ਦੇ ਰੂਪ ਦੇ ਵਿੱਚ ਫਿਰ ਧਰਤੀ 'ਤੇ ਆ ਜਾਂਦੀ ਹੈ, ਇਹ ਚੀਜ਼ ਨੂੰ ਆਪਾਂ ਕਹਿੰਦੇ ਹਾਂ ਵਾਟਰ ਸਾਈਕਲ, ਠੀਕ ਹੈ ਜੀ, ਵਾਟਰ ਸਾਈਕਲ। ਇਸ ਤੋਂ ਬਾਅਦ ਆਹ ਪ੍ਰਸ਼ਨ ਤੁਹਾਡੇ ਵਾਸਤੇ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ, ਇਹ ਬਹੁਤ ਪੇਪਰਾਂ ਵਿੱਚ ਆਇਆ ਹੋਇਆ ਹੈਗਾ। ਰੀਓ ਬੀ ਫੋਟੋ ਡਾਇਰੈਕਟਰ ਤੋਂ ਹੀ ਪੁੱਛਿਆ ਜਾਊਗਾ, ਰੀਓ ਬੀ ਆ ਰੀਓ 20, ਇਹਦਾ ਸੰਬੰਧ ਕਿਹਦੇ ਨਾਲ ਹੈ, ਇਹਦਾ ਸੰਬੰਧ ਸੋਹਣਿਓ ਇਨਵਾਇਰਮੈਂਟ ਦੇ ਨਾਲ ਹੈ, ਇਹ ਗੱਲ ਯਾਦ ਰੱਖਣੀ ਹੈ। ਇਹਦਾ ਸੰਬੰਧ ਕਿਹਦੇ ਨਾਲ ਹੈ, ਇਨਵਾਇਰਮੈਂਟ ਦੇ ਨਾਲ ਹੈ। ਮੈਂ ਤੁਹਾਨੂੰ ਦੱਸੀ ਜਾਂਦਾ ਰਾਜੇ, ਮੈਂ ਤੁਹਾਨੂੰ ਇੰਨੀ ਵਧੀਆ ਤਿਆਰੀ ਕਰਵਾਊਂਗਾ, ਇੰਨੀ ਜ਼ਿਆਦਾ ਵਧੀਆ ਤਿਆਰੀ ਕਰਵਾਊਂਗਾ, ਬੇਫਿਕਰ ਹੋ ਜਾਓ। ਜੇ ਤੁਸੀਂ ਮੇਰੇ ਆ NCERT ਵਾਲੇ MCQ ਕਰ ਲੈਂਦੇ ਹੋ ਨਾ, ਇਸ ਤੋਂ ਬਾਅਦ ਜਦੋਂ ਆਪਾਂ ਆਹ ਇਹਦੇ 11 ਲੈਕਚਰ ਤੁਹਾਡੇ ਮੈਂ ਲਾਊਂਗਾ, 11 ਲੈਕਚਰਾਂ ਦੇ ਵਿੱਚ ਆਪਾਂ ਸਿਰਾ ਲਾ ਦੇਣਾ, ਇਕੱਲਾ ਇਕੱਲਾ ਟੋਪਿਕ ਡਿਸਕਸ ਕਰਕੇ 11 ਲੈਕਚਰਾਂ ਦੇ ਵਿੱਚ ਆਪਾਂ ਬਸ ਐਂ ਸਮਝ ਲਓ ਕਿ ਇਸ ਤੋਂ ਬਾਅਦ ਮੈਂ ਲਿਖ ਕੇ ਦਊਂਗਾ ਤੁਹਾਨੂੰ ਕਿ ਭਾਈ ਇਨਵਾਇਰਮੈਂਟ ਦਾ ਤੁਹਾਨੂੰ ਇਹ ਤੋਂ ਵੱਧ ਪ੍ਰਸ਼ਨ ਨਹੀਂ ਆਉਂਦਾ। ਇਸ ਤੋਂ ਬਾਅਦ ਆਪਾਂ ਛੇੜਾਂਗੇ ਪੋਲਟੀ, ਠੀਕ ਹੈ ਜੀ। ਪੋਲਟੀ ਤੋਂ ਬਾਅਦ ਆਪਾਂ ਛੇੜਾਂਗੇ ਮਾਡਰਨ ਹਿਸਟਰੀ, ਇਦੋਂ ਬਾਅਦ ਆਪਾਂ ਜਿਵੇਂ ਤੁਹਾਨੂੰ ਮੈਂ ਕਰਵਾ ਕੇ ਗਿਆ ਸੀ ਮਿਸਲੇਨੀਅਸ, ਜਿਹਦੇ ਵਿੱਚ ਆਪਣੇ ਡਿਫੈਂਸ ਆ ਗਏ ਸੀਗੇ, ਅਵਾਰਡ ਆ ਗਏ ਸੀਗੇ, ਸਪੋਰਟਸ ਆ ਗਿਆ ਸੀ, ਸਿਨੇਮਾ ਆ ਗਿਆ ਸੀ, ਲਿਟਰੇਚਰ ਆ ਗਿਆ ਸੀ, ਠੀਕ ਹੈ ਜੀ। ਉਹ ਚੀਜ਼ਾਂ ਡਿਸਕਸ ਕਰਾਂਗੇ, ਤਾਂ ਆਪਾਂ ਇਹ ਸਮਝ ਲਓ GK ਦਾ ਕੋਈ ਪੋਰਸ਼ਨ ਨਹੀਂ ਆਪਾਂ ਛੱਡਣਾ ਹੈਗਾ। ਤੁਹਾਨੂੰ ਮੈਂ ਇੰਨੀ ਗਰੰਟੀ ਦਿੰਦਾਗਾ, PCS ਦਾ ਪ੍ਰੀ ਪੇਪਰ ਦੇ ਲਓ ਮੇਰੇ ਸਬਜੈਕਟ ਪੜ੍ਹ ਕੇ, ਜਿਹੜਾ ਮੈਂ ਤੁਹਾਨੂੰ ਇਸ ਵਾਰ ਕਰਵਾਊਂਗਾ। ਜੇ ਤੁਹਾਡਾ PCS ਦੇ ਵਿੱਚੋਂ ਪ੍ਰੀ ਨੰਬਰ ਦੇ ਵਿੱਚੋਂ GK ਦੇ ਵਿੱਚੋਂ ਵਧੀਆ ਨੰਬਰ ਨਾ ਆਏ, ਮੈਨੂੰ ਕਹਿ ਦਿਓ, ਸਰ ਤੁਹਾਡਾ ਕਰਵਾਇਆ ਹੋਇਆ ਤੁਹਾਨੂੰ ਆਇਆ ਨਹੀਂ ਪੇਪਰ ਦੇ ਵਿੱਚ, ਠੀਕ ਹੈ ਜੀ। ਚਲੋ, ਰੀਓ ਬੀ ਹੈ ਰਾਜੇ ਜਿਹੜਾ, ਇਹਦਾ ਟਾਈਟਲ ਕੀ ਹੈਗਾ, ਰੀਓ ਬੀ ਸਾਨੂੰ ਦੱਸ ਦਿੰਦਾ। ਸਭ ਤੋਂ ਪਹਿਲਾਂ ਤਾਂ ਰਾਜੇ ਜਿਹੜੀ ਇਹ ਮੀਟਿੰਗ ਹੈ ਇਹ ਇਨਵਾਇਰਮੈਂਟ ਵਾਸਤੇ ਹੋਈ ਸੀਗੀ, ਠੀਕ ਹੈ ਜੀ। ਦੁਨੀਆ ਦੀ ਪਹਿਲੀ ਮੀਟਿੰਗ ਹੈ ਜਿਹਦੀ ਆਪਾਂ ਇਨਵਾਇਰਮੈਂਟ ਵਾਸਤੇ ਕੀਤੀ ਸੀਗੀ, ਠੀਕ ਹੈ ਜੀ। ਚਲੋ, ਇਹਦਾ ਟਾਈਟਲ ਕੀ ਹੈ, ਇਹਦਾ ਟਾਈਟਲ ਹੈਗਾ ਗਾ ਆਪਣਾ ਏ ਨੰਬਰ ਆਪਸ਼ਨ, ਦਾ ਫਿਊਚਰ ਵੀ ਵਾਂਟ, ਠੀਕ ਹੈ ਜੀ। ਏ ਨੰਬਰ ਆਪਸ਼ਨ ਰੀਓ ਦਾ, ਰੀਓ 20 ਦਾ ਜਿਹੜਾ ਇਹ ਟਾਈਟਲ ਹੈਗਾ। ਦੂਜੀ ਗੱਲ, ਕਹਿੰਦੇ ਜੀ ਦੁਨੀਆ ਦੀ ਪਹਿਲੀ ਜਿਹੜੀ ਅਰਥ ਸਬਮਿਟ ਹੈਗੀ, ਦੁਨੀਆ ਦੀ ਪਹਿਲੀ ਹੈ ਜਿਹੜੀ ਅਰਥ ਸਬਮਿਟ ਹੈਗੀ, ਇਹਦਾ ਆਯੋਜਨ ਰਾਜੇ ਰੀ ਡੀ ਜੈਨਰੀਓ
ਵਿੱਚ ਹੋਈ ਸੀਗੀ। ਤਾਂ ਕਰਕੇ ਉਹਨੂੰ ਕਹਿੰਦੇ ਪਹਿਲਾ ਸਮਿਟ ਜਿਹੜਾ ਅਰਥ ਸਮਿਟ ਹੋਇਆ ਸੀ, ਉਹ ਤੋਂ ਪੁੱਛਿਆ ਜਾਊਗਾ ਕਿ ਪਹਿਲਾ ਅਰਥ ਸਮਿਟ ਕਿੱਥੇ ਹੋਈ ਸੀ ਜਾਂ ਅਰਥ ਮੀਟਿੰਗ ਕਿੱਥੇ ਹੋਈ ਸੀ, ਰੀਓ ਡੀ ਜਨੇਰੀਓ ਦੇ ਵਿੱਚ ਹੋਈ ਸੀ। ਇਹ ਮੀਟਿੰਗ ਕਿਹਨੇ ਬੁਲਾਈ ਸੀ? UNO ਨੇ, ਯੂਨਾਈਟਡ ਨੇਸ਼ਨ। ਯੂਨਾਈਟਡ ਨੇਸ਼ਨ ਬਾਰੇ ਵੀ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਕਰਵਾਊਂਗਾ। ਯੂਨਾਈਟਡ ਨੇਸ਼ਨ ਬਣੀ ਕਦੋਂ ਸੀ? 24 ਅਕਤੂਬਰ 1945 ਨੂੰ ਬਣੀ ਸੀਗੀ, ਠੀਕ ਹੈ ਜੀ, UNO। ਏਜੰਡਾ 21 ਸੀ ਰਾਜੇ ਜਿਹੜਾ, ਇਹਦੇ ਵਿੱਚ ਕੀ ਸੀ? ਇਸ ਦਾ ਗਲੋਬਲ ਐਕਸ਼ਨ ਪਲੈਨ ਸਸਟੇਨੇਬਲ ਡਿਵੈਲਪਮੈਂਟ, ਇਹ ਤੁਸੀਂ ਛੱਡ ਸਕਦੇ ਹੋ, ਠੀਕ ਹੈ ਜੀ, ਪਰ ਉਤਲਾ ਨਹੀਂ ਛੱਡਣਾ ਹੈਗਾ। ਇਸ ਤੋਂ ਬਾਅਦ ਅਗਲਾ ਕਹਿੰਦੇ ਜੀ, ਧਰਤੀ ਦੁਆਲੇ ਗੈਸਾਂ ਦੀ ਪਤਲੀ ਪਰਤ ਨੂੰ ਕੀ ਕਿਹਾ ਜਾਂਦਾ ਹੈਗਾ? ਆਪਣੀ ਧਰਤੀ ਦੁਆਲੇ ਗੈਸਾਂ ਦੀ ਇੱਕ ਪਰਤ ਹੈ, ਨਾਈਟ੍ਰੋਜਨ ਵੀ ਹੈਗੀ ਹੈ, ਕਾਰਬਨ ਡਾਈਆਕਸਾਈਡ ਵੀ ਹੈਗੀ ਹੈ, ਆਕਸੀਜਨ ਵੀ ਹੈਗੀ ਹੈ, ਕਾਫੀ ਗੈਸਾਂ ਰਾਜੇ, ਗੈਸਾਂ ਦਾ ਮਿਸ਼ਰਣ ਹੈ ਜਿਹੜਾ ਆਪਣੇ ਆਸੇ ਪਾਸੇ ਹੈ। ਕਹਿੰਦੇ ਜਿਹੜਾ ਗੈਸਾਂ ਦਾ ਮਿਸ਼ਰਣ ਹੈ ਕਿੱਥੇ ਆਪਣੇ? ਇਹ ਆਪਣੇ ਵਾਯੂਮੰਡਲ ਦੇ ਵਿੱਚ ਹੈ, ਅਤੇ ਵਾਯੂਮੰਡਲ ਨੂੰ ਆਪਾਂ ਕੀ ਕਹਿੰਦੇ ਹਾਂ? ਐਟਮੋਸਫੀਅਰ। ਸੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਂਸਰ ਹੈਗਾ, ਬਿਲਕੁਲ ਸਹੀ ਆਂਸਰ ਆ ਰਾਜੇ। ਇਹ ਪ੍ਰਸ਼ਨ ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਕਿ ਜਿਹੜੀ ਚੀਜ਼ ਮੈਂ ਤੁਹਾਨੂੰ ਕਰਵਾਤੀ ਪੇਪਰ ਦੇ ਵਿੱਚ, ਜੇ ਨਾ ਮਿਲੀ ਤਾਂ ਮੇਰਾ ਨਾਂ ਪਲਟਾ ਦਿਓ। ਇੰਨੇ ਵਧੀਆ ਤਰੀਕੇ ਨਾਲ ਤੁਹਾਨੂੰ ਮੈਂ ਕਰਵਾ ਰਿਹਾ ਹੈਗਾ, ਬਿਲਕੁਲ ਪੰਜਾਬੀ 'ਚ ਕਰਵਾ ਰਿਹਾ ਹੈਗਾ। ਦੇਖੋ ਜੀ, ਹਵਾ ਕੀ ਹੈ? ਸੋ ਸੁੱਕੀ ਵੀ ਪੁੱਛਿਆ ਜਾਊਗੀ, ਵੱਟ ਇਜ਼ ਦਾ ਏਅਰ? ਏਅਰ ਕੀ ਹੈ? ਤੁਸੀਂ ਕਹਿੰਦੇ ਕਿ ਏਅਰ ਕੀ ਹੈ ਰਾਜੇ? ਇੱਕ ਮਿਕਸਚਰ ਹੈਗਾ। ਏਅਰ ਕੀ ਹੈ? ਇੱਕ ਮਿਕਸਚਰ ਹੈ, ਮਿਕਸਚਰ ਨੂੰ ਆਪਾਂ ਕਹਿੰਦੇ ਹਾਂ ਮਿਸ਼ਰਣ ਹੈ। ਸਭ ਤੋਂ ਵੱਧ ਕਿਹੜੀ ਗੈਸ ਹੁੰਦੀ ਹੈ ਰਾਜੇ ਵਾਯੂਮੰਡਲ ਦੇ ਵਿੱਚ? ਐਟਮੋਸਫੇਅਰ ਅਤੇ ਵਾਯੂਮੰਡਲ ਇੱਕ ਹੀ, ਇਹਦੇ ਵਿੱਚ ਸਭ ਤੋਂ ਵੱਧ ਗੈਸ ਕਿਹੜੀ ਹੁੰਦੀ ਹੈ? ਆਪਣੀ ਨਾਈਟ੍ਰੋਜਨ। ਅਤੇ ਨਾਈਟ੍ਰੋਜਨ ਤਾਂ ਬਹੁਤ ਵਾਰ ਤਾਂ ਇਹ ਪੁੱਛਿਆ ਗਿਆ, ਸਭ ਤੋਂ ਵੱਧ ਗੈਸ ਕਿਹੜੀ ਹੈ? ਨਾਈਟ੍ਰੋਜਨ। ਦੂਜਾ ਪ੍ਰਸ਼ਨ ਇਹ ਪੁੱਛਿਆ ਗਿਆ ਕਿ ਨਾਈਟ੍ਰੋਜਨ ਦੀ ਆਪਣੇ ਕਿੰਨੇ ਪਰਸੈਂਟ ਹੈਗੀ ਹਵਾ ਦੇ ਵਿੱਚ? ਤਾਂ 78% ਆਪਣੇ ਐਟਮੋਸਫੇਅਰ ਦੇ ਵਿੱਚ ਰਾਜੇ ਨਾਈਟ੍ਰੋਜਨ ਗੈਸ ਹੈਗੀ। ਅਤੇ ਦੂਜਾ ਪ੍ਰਸ਼ਨ ਸਭ ਤੋਂ ਜ਼ਿਆਦਾ ਜਿਹੜਾ ਪੁੱਛਿਆ ਕਿ ਕਾਰਬਨ ਡਾਈਆਕਸਾਈਡ ਕਿੰਨੀ ਹੈ? ਕਾਰਬਨ ਡਾਈਆਕਸਾਈਡ ਹੈਗੀ ਹੈ ਜੀ ਆਪਣੇ 0.03%। ਆਹ ਪ੍ਰਸ਼ਨ ਪੇਪਰ ਵਿੱਚ, ਆਹ ਪ੍ਰਸ਼ਨ ਪੇਪਰ ਦੇ 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 ਵਿੱਚ, ਇੱਕ ਪ੍ਰਸ਼ਨ ਦੇ ਵਿੱਚੋਂ ਚਾਰ ਚਾਰ ਪ੍ਰਸ਼ਨ ਬਣੀ ਜਾਂਦੇ ਆ। ਹੋਰ ਦੱਸੋ ਤਾਂ ਜੀ ਮੈਂ ਕੀ ਕਰਵਾ ਦਾਂ? ਥਿਊਰੀ ਵੀ ਪੜ੍ਹਨ ਦੀ ਲੋੜ ਨਹੀਂ ਹੈਗੀ, ਇੱਕ ਪ੍ਰਸ਼ਨ ਚੱਕੋ, ਸਾਰੀਆਂ ਡਿਟੇਲਾਂ ਨਾਲ ਦੇ ਨਾਲ ਹੀ ਕਲੀਅਰ ਹੋਈ ਜਾਣਗੀਆਂ, ਠੀਕ ਹੈ ਜੀ, ਸਾਰੀਆਂ ਗੈਸਾਂ ਨਾਲ ਦੇ ਨਾਲ ਹੀ, ਟੋਪਿਕ ਨਾਲ ਦੇ ਨਾਲ ਹੀ ਕਲੀਅਰ ਹੋਈ ਜਾਣਗੀਆਂ। ਚਲੋ ਜੀ, ਕਹਿੰਦੇ ਜੀ ਇਹਨਾਂ ਦੇ ਵਿੱਚੋਂ ਕਿਹੜੀ ਇੱਕ ਨੋਵਲ ਗੈਸ ਹੈ? ਇਟ ਇਜ਼ ਨੋਟ ਪ੍ਰੈਜੈਂਟ ਇਨ ਏਅਰ। ਕਹਿੰਦੇ ਇਹਨਾਂ ਦੇ ਵਿੱਚੋਂ ਇੱਕ ਨੋਵਲ ਗੈਸ ਹੈ ਪਰ ਇਹ ਹਵਾ ਦੇ ਵਿੱਚ ਮੌਜੂਦ ਨਹੀਂ ਹੁੰਦੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਨੋਵਲ ਗੈਸਾਂ ਹੁੰਦੀਆਂ ਕੌਣ ਹੈ, ਨੋਵਲ ਗੈਸਾਂ ਕਿਹੜੀਆਂ ਹੁੰਦੀਆਂ ਰਾਜੇ? ਨੋਵਲ ਗੈਸਾਂ ਉਹ ਗੈਸਾਂ ਹੁੰਦੀਆਂ ਸੋਹਣਿਓ ਜਿਹੜੀਆਂ ਕਿਸੇ ਨਾਲ ਰਿਐਕਟ ਨਹੀਂ ਕਰਦੀਆਂ ਹੈਗੀਆਂ, ਜਿਹੜੀਆਂ ਕਿਸੇ ਨਾਲ ਰਿਐਕਟ ਨਹੀਂ ਕਰਦੀਆਂ ਹੈਗੀਆਂ। ਕਹਿਣ ਦਾ ਮਤਲਬ ਕਿ ਇਹਨਾਂ ਦਾ ਬਿਹੇਵੀਅਰ ਬਹੁਤ ਸ਼ਾਂਤ ਹੁੰਦਾ ਗਾ। ਜਿਵੇਂ ਮੰਨ ਲਓ ਮੇਰਾ ਬਿਹੇਵੀਅਰ ਸ਼ਾਂਤ ਆ, ਮੇਰੇ ਕੋਈ ਥੱਪੜ ਮਾਰਦੇ ਤੁਰੇ ਜਾਂਦੇ ਦੇ, ਮੈਨੂੰ ਕੋਈ ਗਾਲ ਕੱਢ ਜੇ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਕਿਉਂ? ਕਿਉਂਕਿ ਮੈਂ ਤਾਂ ਭਾਈ ਇੱਕ ਨੋਵਲ ਗੈਸ ਵਰਗਾ ਬੰਦਾ ਗਾ। ਮੈਂ ਤਾਂ ਕਿਹੜਾ ਬੰਦਾ? ਨੋਵਲ ਗੈਸ ਵਰਗਾ ਬੰਦਾ ਗਾ। ਕੋਈ ਬੰਦਾ ਹੁੰਦਾ ਉਹਦੇ ਉਂਗਲ ਲਾ ਦਿਓ, ਥੱਪੜ ਮਾਰਦਾ ਮੂਹਰੋਂ, ਉਹ ਕਿਹੜਾ ਗਾ? ਉਹ ਰਿਐਕਟ ਕਰਦਾ ਗਾ, ਠੀਕ ਹੈ ਜੀ। ਤਾਂ ਨੋਵਲ ਗੈਸ, ਜੇ ਤੁਹਾਨੂੰ ਅੱਗੇ ਕਿਸੇ ਨੇ ਕਹਿ ਤਾ ਕਿ ਨੋਵਲ ਗੈਸ ਕਿਹੜੀ ਹੁੰਦੀ ਹੈ, ਤੁਸੀਂ ਕਹਿੰਦੇ ਜੀ ਜਿਹੜੀ ਕਿਸੇ ਨਾਲ ਰਿਐਕਟ ਨਹੀਂ ਕਰਦੀ, ਸ਼ਾਂਤ ਜੇ ਸੁਭਾਅ ਦੀ ਹੈ ਵਿਚਾਰੀ ਨੋਵਲ ਗੈਸ, ਠੀਕ ਹੈ। ਨੋਵਲ ਦੇ ਵਿੱਚ ਮੂਹਰੇ ਨੋ ਲੱਗਿਆ ਵਾ, ਜੇ ਕੁਛ ਕਹਿੰਦਾ ਪਹਿਲੀ ਕਹਿੰਦੇ ਭਾਈ ਨਾ ਨਾ ਨਾ, ਤਾਂ ਨੋਵਲ ਗੈਸ ਕੀ ਹੈ? ਕਿਸੇ ਨਾਲ ਰਿਐਕਟ ਨਹੀਂ ਕਰਦੀ ਹੈਗੀ। ਪਰ ਇਹਨਾਂ ਦੇ ਵਿੱਚੋਂ ਇੱਕ ਨੋਵਲ ਗੈਸ ਤਾਂ ਹੈਗੀ ਹੈ ਪਰ ਉਹ ਆਪਣੀ ਏਅਰ ਦੇ ਵਿੱਚ ਮੌਜੂਦ ਨਹੀਂ ਹੈਗੀ, ਉਹ ਆਪਣੀ ਏਅਰ ਦੇ ਵਿੱਚ ਮੌਜੂਦ ਨਹੀਂ ਹੈਗੀ। ਉਹ ਕਿਹੜੀ ਹੈ ਜੀ? ਉਹ ਹੈਗੀ ਹੈ ਰੈਡੋਨ। ਆਹ ਵੀ ਆਪਣੀਆਂ ਹੀਲੀਅਮ ਹੋ ਗਿਆ, ਆਰਗਨ ਹੋ ਗਿਆ, ਨਿਓਨ ਹੋ ਗਿਆ, ਇਹ ਵੀ ਤਿੰਨੇ ਦੀਆਂ ਤਿੰਨੇ ਤੁਸੀਂ ਯਾਦ ਕਰਨੀਆਂ ਨਾਲ, ਇਹ ਵੀ ਆਪਣੀਆਂ ਨੋਵਲ ਗੈਸਾਂ ਗੇ। ਜੇ ਤੂੰ ਪੁੱਛ ਲੈ ਇਹਨਾਂ ਦੇ ਵਿੱਚੋਂ ਕਿਵੇਂ ਤੁਹਾਨੂੰ ਕੀ ਦੇ ਦੇਣਗੇ? ਹੀਲੀਅਮ, ਆਰਗਨ, ਨਿਓਨ, ਨਾਲ ਤੁਹਾਨੂੰ ਆਕਸੀਜਨ ਪਾ ਦੇਣਗੇ, ਨਾਲ ਤੁਹਾਨੂੰ ਕਾਰਬਨ ਡਾਈਆਕਸਾਈਡ ਪਾ ਦੇਣਗੇ, ਨਾਲ ਤੁਹਾਨੂੰ ਨਾਈਟ੍ਰੋਜਨ ਪਾ ਦੇਣਗੇ, ਠੀਕ ਹੈ। ਸੋ ਤੁਹਾਨੂੰ ਪੁੱਛਣਗੇ ਇਹਨਾਂ 'ਚ ਕਿਹੜੀ ਨੋਵਲ ਗੈਸ ਨਹੀਂ ਹੈਗੀ, ਤਾਂ ਤੁਹਾਡੇ ਤੁਸੀਂ ਇਹ ਤਿੰਨ ਨਾਂ ਯਾਦ ਰੱਖਣੇ ਆ, ਹੀਲੀਅਮ, ਆਰਗਨ, ਨਿਓਨ, ਠੀਕ ਹੈ ਜੀ। ਜੇ ਨਹੀਂ ਯਾਦ ਹੁੰਦਾ ਤਾਂ NHA ਯਾਦ ਕਰ ਲਓ, NHA ਯਾਦ ਕਰ ਲਓ, ਨਿਓਨ, ਇੱਕ
ਨਿਓਨ, ਹੀਲੀਅਮ, ਔਰਗਨ। ਠੀਕ ਹੈ ਜੀ, ਇੱਥੋਂ ਤੱਕ ਯਾਦ ਹੋ ਗਿਆ। ਜਾਂ ਤੁਸੀਂ ਐਂ ਯਾਦ ਕਰੋ, ਤੁਹਾਨੂੰ ਇੱਕ ਮੋਟਾ ਮੋਟਾ ਸ਼ਬਦ ਕਰਾ ਦਿੰਦਾ, ਰਣ, ਰਣ, ਆਰ ਏ ਐੱਨ, ਰਣ ਦੇ ਨਾਲ ਐੱਚ। ਹੀਲੀਅਮ, ਨਿਆਨ, ਆਰਗਨ, ਰਿਡਾਨ। ਰਿਡਾਨ ਹੈ ਜਿਹੜੀ, ਇਹ ਹਵਾ, ਊਂ ਤਾਂ ਹੀਲੀਅਮ ਨੋਬਲ ਗੈਸ ਆ ਪਰ ਇਹ ਹਵਾ ਦੇ ਵਿੱਚ ਮੌਜੂਦ ਨਹੀਂ ਹੁੰਦੀ। ਠੀਕ ਹੈ ਜੀ, ਤਾਂ ਇਹਦਾ ਆਨਸਰ ਆਜੂਗਾ ਆਪਣਾ ਸੀ ਨੰਬਰ ਆਪਸ਼ਨ। ਚਲੋ ਜੀ, ਕਹਿੰਦੇ ਜੇਕਰ ਧਰਤੀ ਤੋਂ ਸਾਰੇ ਪੌਦੇ ਅਤੇ ਰੁੱਖ ਅਲੋਪ ਹੋ ਜਾਣਗੇ ਤਾਂ ਕਿਹੜੀ ਗੈਸ ਜਮ੍ਹਾਂ ਘੱਟ ਜੂਗੀ। ਹੁਣ ਮੇਰੇ ਨਾਲ ਦੇ ਮੁੰਡੇ ਸੀ ਇੱਕ ਦੋ, ਠੀਕ ਹੈ ਜੀ, ਉਹ ਗਏ ਸੀ ਆਪਣੇ ਲੱਦਾਖ, ਲੱਦਾਖ ਵੱਲ ਟੂਰ 'ਤੇ ਗਏ ਸੀਗੇ। ਠੀਕ ਹੈ ਜੀ, ਜੋ ਤੁਹਾਨੂੰ ਪਤਾ ਕਿ ਲੱਦਾਖ ਦੇ ਵੱਲ ਇੱਕ ਤਾਂ ਚੜ੍ਹਾਈ ਹੋ ਜਾਂਦੀ ਹੈ, ਇੱਕ ਉੱਧਰ ਦਰੱਖਤ ਨਹੀਂ ਹੈਗੇ ਜਿਹਦੇ ਕਰਕੇ ਉੱਥੇ ਕਾਹਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ ਰਾਜੇ, ਜਿਹਦੇ ਕਰਕੇ ਉੱਥੇ O2 ਦੀ ਮਾਤਰਾ ਘੱਟ ਜਾਂਦੀ ਹੈ। O2 ਦੀ ਮਾਤਰਾ ਘੱਟ ਜਾਂਦੀ ਹੈ, O2 ਕੀ ਹੁੰਦਾ ਗਾ, ਆਕਸੀਜਨ ਦੀ ਮਾਤਰਾ ਘੱਟ ਜਾਂਦੀ, ਜਿਹਦੇ ਕਰਕੇ ਚੱਕਰ ਆਉਣ ਲੱਗ ਜਾਂਦੇ ਆ, ਉਲਟੀਆਂ ਆਉਣ ਲੱਗ ਜਾਂਦੀਆਂ, ਕੰਨਾਂ ਤੋਂ ਸੁਣਨ ਨੂੰ ਘੱਟ ਲੱਗ ਜਾਂਦਾ, ਕਈ ਤਰ੍ਹਾਂ ਦੀਆਂ ਪ੍ਰੋਬਲਮ ਹੋ ਜਾਂਦੀਆਂ। ਤਾਂ ਆਪਣੇ ਰੁੱਖਾਂ ਤੋਂ ਕੀ, ਜਿਹੜੀ ਆਕਸੀਜਨ ਕਿਹੜੀ ਚੀਜ਼ ਮਿਲਦੀ ਹੈ, ਆਕਸੀਜਨ ਮਿਲਦੀ ਹੈ। ਤਾਂ ਜਦੋਂ ਰੁੱਖ ਅਲੋਪ ਹੋ ਗਿਆ, ਆਪਾਂ ਨੂੰ ਕਿਹੜੀ ਗੈਸ ਮਿਲਣੋਂ ਹਟ ਜੂਗੀ ਸੋਹਣਿਓ, ਆਪਾਂ ਨੂੰ ਆਕਸੀਜਨ ਗੈਸ ਮਿਲਣੋਂ ਹਟ ਜੂਗੀ। ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈਗਾ। ਇਹਨਾਂ ਦੇ ਵਿੱਚੋਂ ਦਰੱਖਤਾਂ ਦਾ ਕਿਹੜਾ ਕੰਮ ਨਹੀਂ ਹੈਗਾ, ਇਹਨਾਂ ਦੇ ਵਿੱਚੋਂ ਦਰੱਖਤਾਂ ਦਾ ਕਿਹੜਾ ਕੰਮ ਨਹੀਂ ਹੈਗਾ। ਠੀਕ ਹੈ ਜੀ, ਕਾਰਬਨ ਨੂੰ ਵੀ ਸੋਕਦੇ ਆ ਦਰੱਖਤ, ਬਿਲਕੁਲ ਸਹੀ ਗੱਲ ਹੈ। ਸ਼ੋਰ ਨੂੰ ਵੀ ਸੋਕਦੇ ਹੈਗੇ, ਸ਼ੋਰ ਜੇ ਹੁੰਦਾ ਹੋਵੇ ਮੁੰਡੇ ਜੰਗਲਾਂ ਦੇ ਵਿੱਚ, ਆਪਾਂ ਨੂੰ ਕਿਸੇ ਦੀ ਆਵਾਜ਼ ਸੁਣਾਈ ਦਿੰਦੀ ਨਹੀਂ ਸ਼ੋਰ ਦੀ। ਠੀਕ ਹੈ ਜੀ, ਆਕਸੀਜਨ ਵੀ ਛੱਡਦੇ ਆ ਦਰੱਖਤਾਂ ਤੋਂ, ਆਪਣਾ ਆਕਸੀਜਨ ਮਿਲਦੀ ਹੈ। ਹਵਾ ਪ੍ਰਦੂਸ਼ਣ ਨਹੀਂ ਕਰਦੇ ਰਾਜੇ, ਇਹ ਹਵਾ ਪ੍ਰਦੂਸ਼ਣ ਨੂੰ ਰੋਕਦੇ ਜ਼ਰੂਰ ਆ ਦਰੱਖਤ, ਪਰ ਹਵਾ ਪ੍ਰਦੂਸ਼ਣ ਕਰਦੇ ਨਹੀਂ ਹੈਗੇ, ਏਅਰ ਪੋਲਿਊਸ਼ਨ ਇਹਨਾਂ ਦਾ ਕੰਮ ਨਹੀਂ ਹੈਗਾ। ਠੀਕ ਹੈ ਜੀ, ਇਹਨਾਂ ਦਾ ਕੰਮ ਏਅਰ ਪੋਲਿਊਸ਼ਨ ਘਟਾਉਣਾ ਗਾ, ਏਅਰ ਪੋਲਿਊਸ਼ਨ ਲਿਖਿਆ ਇਹਨਾਂ ਨੇ ਇਕੱਲਾ। ਠੀਕ ਹੈ ਜੀ, ਚਲੋ ਇਹਦਾ ਆਨਸਰ ਆਊਗਾ ਸੀ ਨੰਬਰ ਆਪਸ਼ਨ। ਇਸ ਤੋਂ ਬਾਅਦ ਚੱਲਦੇ ਆ ਭਾਗੜੇ 'ਤੇ। ਕਹਿੰਦੇ ਜੀ, ਹੇਠਾਂ ਵਿੱਚੋਂ ਕਿਹੜਾ ਗ੍ਰਹਿ ਧਰਤੀ ਉੱਤੇ ਕਾਰਬਨ ਡਾਈਆਕਸਾਈਡ ਨੂੰ ਕਾਰਬਨ ਚੱਕਰ ਵਿੱਚ ਨਹੀਂ ਜੋੜਦਾ। ਕਿਹੜਾ ਗ੍ਰਹਿ ਧਰਤੀ ਉੱਤੇ, ਠੀਕ ਹੈ ਜੀ, ਕਾਰਬਨ ਡਾਈਆਕਸਾਈਡ ਨੂੰ ਕਾਰਬਨ ਚੱਕਰ ਦੇ ਨਾਲ ਨਹੀਂ ਜੋੜਦਾ। ਕਿਹੜਾ ਗ੍ਰਹਿ ਨਹੀਂ ਲਿਖਣਾ ਸੀ ਇੱਥੇ, ਕਿਹੜਾ ਤੱਤ ਲਿਖਣਾ ਸੀਗਾ, ਦੱਸੋ ਜੀ, ਜਿਹੜਾ ਕਾਰਬਨ ਡਾਈਆਕਸਾਈਡ ਨੂੰ ਕਾਰਬਨ ਚੱਕਰ ਦੇ ਨਾਲ ਨਹੀਂ ਜੋੜਦਾ ਹੈਗਾ। ਤਾਂ ਕਿਹੜਾ ਨਹੀਂ ਜੋੜਦਾ ਰਾਜੇ, ਪ੍ਰਕਾਸ਼ ਸੰਸਲੇਸ਼ਨ। ਪ੍ਰਕਾਸ਼ ਸੰਸਲੇਸ਼ਨ ਕੀ ਹੁੰਦਾ ਗਾ, ਫੋਟੋਸਿੰਥੈਸਿਸ ਕਹਿ ਦਿੰਦੇ ਜਿਹਨੂੰ ਆਪਾਂ। ਹੁਣ ਦੇਖੋ ਜੀ, ਆਪਾਂ ਨੂੰ ਰੋਟੀ ਘਰੇ ਕੌਣ ਦਿੰਦਾ ਗਾ, ਆਪਣੇ ਮਾਂ ਪਿਓ ਦੇ ਦਿੰਦੇ ਬਣਾ ਕੇ। ਹੁਣ ਜਿਹੜੇ ਪੌਦੇ ਆ ਇਹਨਾਂ ਨੂੰ ਕਿੱਥੋਂ ਮਿਲਦਾ ਭੋਜਨ, ਇਹ ਰਾਜੇ ਸੂਰਜ ਦੀ ਰੋਸ਼ਨੀ ਤੋਂ ਭੋਜਨ ਤਿਆਰ ਕਰਦੇ ਆ। ਸੂਰਜ ਦੀ ਰੋਸ਼ਨੀ ਤੋਂ ਭੋਜਨ ਤਿਆਰ ਕਰਨ ਦੀ ਕਿਰਿਆ ਨੂੰ ਕਹਿੰਦੇ ਆ ਪ੍ਰਕਾਸ਼ ਸੰਸਲੇਸ਼ਨ ਦੀ ਕਿਰਿਆ। ਇਹ ਇੱਕ ਰਾਜੇ ਧਰਤੀ ਉੱਤੇ ਕਾਰਬਨ ਡਾਈਆਕਸਾਈਡ ਨੂੰ ਕਾਰਬਨ ਚੱਕਰ ਨਾਲ ਨਹੀਂ ਜੋੜਦਾ। ਸਰਕਲੇ 'ਚ ਜ਼ਰੂਰ ਕਾਰਬਨ ਦਾ ਚੱਲਦਾ, ਪਰ ਕਾਰਬਨ ਡਾਈਆਕਸਾਈਡ ਇਹਦੇ ਵਿੱਚ ਮਤਲਬ ਦੀ ਨਹੀਂ ਹੈਗੀ, ਕੋਈ ਗੱਲਬਾਤ ਹੈ ਨਹੀਂ ਉਹਦੀ। ਇਸ ਤੋਂ ਬਾਅਦ ਅਗਲਾ ਕਹਿੰਦੇ, ਮੌਸਮ ਦੀ ਧਾਰਨਾ ਦੇ ਨਾਲ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਸੰਬੰਧਿਤ ਹੈ, ਮੌਸਮ ਦੇ ਨਾਲ ਕਿਹੜੀ ਚੀਜ਼ ਸੰਬੰਧਿਤ ਹੈ ਇਹਨਾਂ ਦੇ ਵਿੱਚੋਂ, ਇਹ ਪੁੱਛ ਰਹੇ ਨੇ ਜੀ। ਠੀਕ ਹੈ ਜੀ, ਦੇਖੋ ਮੌਸਮ ਕੀ ਹੈ, ਕਹਿੰਦੇ ਜੀ ਕੰਪੋਜ਼ਡ ਸਮੱਗਰੀ ਦਾ ਜਮ੍ਹਾਂ ਹੋਣਾ, ਨਹੀਂ ਜੀ ਇਹ ਤਾਂ ਕੋਈ ਗੱਲ ਨਹੀਂ। ਮੌਸਮ ਕੀ ਹੁੰਦਾ ਰਹੇ ਜੀ, ਦੱਸੋ ਤੁਸੀਂ ਆਪ ਹੀ ਦੱਸੋ ਮੌਸਮ। ਆਪਾਂ ਕਹਿੰਦੇ ਜੀ ਮੌਸਮ ਸਹਾਣਾ ਹੋ ਗਿਆ, ਅੱਜ ਜਿਵੇਂ ਹੁਣ ਗੁਰਦੇਵ ਕੱਲ੍ਹ ਆ ਗਿਆ ਮੇਰੇ ਕੋਲ ਐਥਲੇ, ਅਤੇ ਸਾਡੇ ਪਿੰਡ ਵਾਲਾ ਫੰਮੜ ਆ ਗਿਆ, ਕਹਿੰਦਾ ਯਾਰ ਦੋ ਕੁ ਕਣਕਾਂ ਡਿੱਗ ਪਈਆਂ, ਪੈਗ ਛੱਗ ਦਾ ਜਗਾੜਮੈਂਟ ਕਰ ਲਈ ਗਈ, ਭੁੱਜ ਗਿਆ ਜਲੀ ਫਿਰ ਜੇਬ 'ਚ। ਠੀਕ ਹੈ, ਅਤੇ ਉਹ ਕਹਿੰਦੇ ਮੈਂ ਕੀ ਗੱਲ ਹੋ ਗਈ ਨਾ, ਮੌਸਮ ਜਿਹਾ ਬਦਲ ਗਿਆ ਯਾਰ ਅੱਜ। ਠੀਕ ਹੈ, ਤਾਂ ਹੁਣ ਮੌਸਮ ਜਦੋਂ ਬਦਲਦਾ ਕਾਹਦੇ ਕਰਕੇ ਕੀ ਹੋ ਜਾਂਦਾ ਫਿਰ, ਜਿਹੜੇ ਮੱਗਰ ਵਰਗੇ ਆਪਣੇ ਫੰਮੜ ਵਰਗੇ ਆਥਣੇ ਅੜੀਆ ਬੂਆ ਚੱਕੀ ਫਿਰਦੇ ਹੁੰਦੇ ਆ, ਠੀਕ ਹੈ, ਉਹ ਮੌਸਮ ਬਦਲਦੇ ਨਾਲ ਕੀ ਸੰਬੰਧਿਤ ਆ ਉਹਨਾਂ ਦਾ। ਕਹਿੰਦੇ ਦਿਨ ਪ੍ਰਤੀ ਦਿਨ ਮੌਸਮ ਦੀ ਸਥਿਤੀ ਵਿੱਚ ਤਬਦੀਲੀ ਨਹੀਂ ਜਾ ਜੀ, ਮੌਸਮ ਦੀ ਕਿਹੜੀ ਧਾਰਨਾ, ਦਿਨੋਂ ਦਿਨ ਕਹਿ ਰਹੇ ਆ, ਨਹੀਂ ਇਹ ਜੀ ਜਿਵੇਂ ਜੁੜ ਰਹੀ। ਕਹਿੰਦੇ ਜੀ ਕੁਦਰਤੀ ਪ੍ਰਕਿਰਿਆ ਜੋ ਚਟਾਨਾਂ ਦੇ ਸੜਨ ਵੱਲ ਲੈ ਜਾਂਦੀ ਹੈ, ਠੀਕ ਹੈ ਜੀ, ਦੱਸੋ ਇਹਨਾਂ ਦੇ ਵਿੱਚ ਕਿਹੜਾ ਆਨਸਰ ਸਹੀ ਆਊਗਾ।
ਇਹਨਾਂ 'ਚ ਸਹੀ ਧਾਰਨਾ ਹੈਗੀ ਕੁਦਰਤੀ ਪ੍ਰਕਿਰਿਆ ਜੋ ਚਟਾਨਾਂ ਦੇ ਸੜਨ ਵੱਲ ਲੈ ਜਾਂਦੇ, ਨੈਚੁਰਲ ਪ੍ਰੋਸੈਸ ਜਿਹੜਾ ਚੱਲਦਾ ਉਹ, ਕਿਉਂਕਿ ਜਦੋਂ ਮੌਸਮ ਬਦਲੂਗਾ ਰਾਜੇ ਨਵੀਆਂ ਨਵੀਆਂ ਤਬਦੀਲੀਆਂ ਆਉਣ ਲੱਗ ਜਾਣਗੀਆਂ, ਦਰੱਖਤਾਂ ਦੇ ਵਿੱਚ ਪੱਤੇ ਨਿਕਲਣ ਲੱਗ ਜਾਂਦੇ ਆ, ਤਾਂ ਕਾਫੀ ਨੈਚੁਰਲ ਪ੍ਰੋਸੈਸ ਹੁੰਦੇ ਆ। ਇਸ ਤੋਂ ਬਾਅਦ ਅਗਲਾ ਕਹਿੰਦੇ ਜੀ ਵਰਲਡ ਮੈਟਰੋਲੋਜੀਕਲ ਔਰਗਨਾਈਜੇਸ਼ਨ ਹੈ ਜਿਹੜੀ ਕਿੱਥੇ ਸਥਿਤ ਹੈ। ਹੁਣ ਤੁਹਾਨੂੰ ਪਤਾ ਹੋਣਾਗਾ ਮੈਟਰੋਲੋਜੀਕਲ ਕੀ ਹੈ, ਮੌਸਮ ਵਿਗਿਆਨ ਦੀ ਇੱਕ ਸੰਸਥਾ ਹੈਗੀ, ਠੀਕ ਹੈ। ਜਿਵੇਂ ਹੁਣ ਮੌਸਮ ਬਾਰੇ ਕੋਈ ਵੀ ਜਾਣਕਾਰੀ ਦੇਣੀ ਹੈ, ਕਿਸੇ ਦੇਸ਼ ਦੇ ਵਿੱਚ ਕੋਈ ਨਵਾਂ ਸਾਈਕਲੋਨ ਆ ਗਿਆ, ਠੀਕ ਹੈ ਜੀ, ਉਹਦੇ ਬਾਰੇ ਗੱਲ ਕਰਨੀ, ਕੋਈ ਸਟਰੋਮ ਆ ਗਿਆ ਉਹਦੇ ਬਾਰੇ ਦੱਸਣਾ, ਭੂਚਾਲ ਬਾਰੇ ਦੱਸਣਾ, ਮੌਸਮ ਬਾਰੇ ਜਾਣਕਾਰੀ ਲੈਣੀ, ਤਾਂ ਸੁਨਾਮੀ ਕਿਤੇ ਉੱਠੀ ਉਹਦੇ ਬਾਰੇ ਜਾਣਕਾਰੀ ਪ੍ਰਾਪਤ ਕਰਨੀ, ਉਹਦੇ ਬਾਰੇ ਸੰਸਥਾ ਸਥਾਪਿਤ ਕਰਨੀਆਂ ਦੁਨੀਆ ਪੱਧਰ 'ਤੇ। ਇਹ ਕੰਮ ਕਿਹਦਾ ਹੈਗਾ, ਇਹ ਕੰਮ ਹੈਗਾ ਜੀ WMO ਦਾ, ਜਿਹਨੂੰ ਆਪਾਂ ਕਹਿੰਦੇ ਹਾਂ ਵਰਲਡ ਮੈਟਰੋਲੋਜੀਕਲ ਔਰਗਨਾਈਜੇਸ਼ਨ। ਕਹਿੰਦੇ ਜੀ ਇਹਦਾ ਹੈੱਡਕੁਆਟਰ ਕਿੱਥੇ ਹੈਗਾ, ਹੈੱਡਕੁਆਟਰ ਪੁੱਛ ਰਹੇ ਨੇ। ਕਹਿੰਦੇ ਜੀ ਇਹਦਾ ਹੈੱਡਕੁਆਟਰ ਕਿੱਥੇ ਹੈ, ਇਹਦਾ ਹੈੱਡਕੁਆਟਰ ਹੈਗਾ ਜੀ ਆਪਣੇ ਏ ਨੰਬਰ ਆਪਸ਼ਨ ਜਨੇਵਾ ਦੇ ਵਿੱਚ, ਜਨੇਵਾ ਦੇ ਵਿੱਚ ਇਹਦਾ ਹੈੱਡਕੁਆਟਰ ਹੈ, ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਇੱਕ ਕੀ ਵੀ ਤੁਹਾਡੇ ਤੋਂ ਇੱਕ ਹੋਰ ਪੁੱਛਿਆ ਜਾਂਦਾ ਹੁੰਦਾ ਗਾ ਕਿ UNEP ਦਾ ਹੈੱਡਕੁਆਟਰ ਕਿੱਥੇ ਹੈ, UNEP ਦਾ ਹੈੱਡਕੁਆਟਰ ਨਰੋਬੀ ਦੇ ਵਿੱਚ, ਗ੍ਰੀਨ ਪੀਸ ਇੰਟਰਨੈਸ਼ਨਲ ਦਾ ਐਮਸਟਰਾਡਾਈਮ, ਠੀਕ ਹੈ ਜੀ, ਇਹਨਾਂ ਦੇ ਹੈੱਡਕੁਆਟਰ ਹੈ ਸਾਰੇ, ਇਹ ਯਾਦ ਕਰ ਲਿਓ ਨਾਲ ਨਾਲ। EPA ਦਾ ਪੂਰਾ ਨਾਮ ਕੀ ਹੈ, EPA ਦਾ ਪੂਰਾ ਨਾਮ ਕੀ ਹੈਗਾ, ਇਹ ਪੁੱਛ ਰਹੇ ਨੇ। EPA ਦਾ ਪੂਰਾ ਨਾਮ ਹੈਗਾ ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ, ਸੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਅਤੇ ਐਕੂਰੇਟ ਆਨਸਰ ਹੈਗਾ, ਠੀਕ ਹੈ ਜੀ, ਇਹ ਗੱਲ ਯਾਦ ਰੱਖਣੀ ਹੈ। ਅਤੇ ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ ਹੈ ਜਿਹੜਾ, ਠੀਕ ਹੈ ਜੀ, ਐਕਟ ਏਜੰਸੀ ਹੈ ਕਿ ਏਜੰਸੀ ਆਊਗਾ, ਹੈ ਨਾ, EPA ਕਈ ਜਗ੍ਹਾ 'ਤੇ ਰਾਜੇ ਤੁਹਾਨੂੰ ਨਾ ਇਹ ਐਕਟ ਵੀ ਮਿਲਿਆ ਦਿਸੂਗਾ, ਇੱਕ ਮਿੰਟ ਹੋਲਡ ਰੱਖਿਓ, ਆਊਗਾ ਤਾਂ ਰਾਜੇ ਇਹੀ ਸਹੀ ਹੈ ਬਿਲਕੁਲ, EPA ਆਊਗਾ। ਹਾਂ, ਐਸ ਤੋਂ ਪੁੱਛਿਆ ਜਾ ਸਕਦਾ ਕਿ ਜਿਹੜਾ ਇਹ ਐਕਟ ਪਾਸ ਕੀਤਾ ਗਿਆ ਸੀ ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ, ਇਹ ਪਾਸ ਕੀਤਾ ਗਿਆ, ਇਸਨੂੰ ਹੋਰ ਕਿਹੜੇ ਨਾਮ ਨਾਲ ਜਾਣਦੇ ਆ, ਇਹਨੂੰ ਜਾਣਦੇ ਜੀ ਅਮਰੇਲਾ ਲੈਗਸਲੇਸ਼ਨ ਦੇ ਨਾਲ, ਠੀਕ ਹੈ ਜੀ। ਇਦੋਂ ਬਾਅਦ ਤੁਹਾਨੂੰ ਇੱਕ ਸ਼ਬਦ ਹੋਰ ਦੇਖਣ ਨੂੰ ਮਿਲੂਗਾ NEA, ਇਹਦੀ ਫੁੱਲ ਫਾਰਮ ਹੈਗੀ ਹੈ ਨੈਸ਼ਨਲ ਇਨਵਾਇਰਮੈਂਟ ਅਥਾਰਟੀ, ਠੀਕ ਹੈ ਜੀ। EPA ਦਾ ਪੂਰਾ ਨਾਮ ਹੈਗਾ ਇਨਵਾਇਰਮੈਂਟ ਪ੍ਰੋਟੈਕਸ਼ਨ ਏਜੰਸੀ, NEA ਦਾ ਪੂਰਾ ਨਾਮ ਹੈਗਾ ਨੈਸ਼ਨਲ ਇਨਵਾਇਰਮੈਂਟ ਅਥਾਰਟੀ, ਠੀਕ ਹੈ ਜੀ। ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ EPA ਇਜ ਆਲਸੋ ਨੋਨ ਐਸ ਅਮਰੇਲਾ ਲੈਗਸਲੇਸ਼ਨ। ਇਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ, ਕਹਿੰਦੇ ਜੀ ਇੱਕੋ ਮਾਰਕ ਇੱਕ ਭਾਰਤੀ ਉਤਪਾਦ ਨੂੰ ਦਿੱਤਾ ਜਾਂਦਾ ਹੈ, ਇਹ ਇੱਕ ਕੀ ਹੈ। ਤੁਸੀਂ ਦੇਖਿਆ ਹੋਣਾ ਬਹੁਤ ਥਾਵਾਂ 'ਤੇ ਤੁਹਾਨੂੰ ਇੱਕੋ ਮਾਰਕ ਲਿਖਿਆ ਵਾ ਮਿਲੂਗਾ, ਬਹੁਤ ਜੇਕਰ ਤੁਸੀਂ ਕੋਈ ਬੀਜ ਲੈ ਕੇ ਆਓਗੇ ਦੁਕਾਨ ਤੋਂ ਜਾ ਕੇ, ਕਈ ਕਈ ਤਾਂ ਇਹ ਫਰਟੀਲਾਈਜ਼ਰਾਂ ਦੇ ਉੱਪਰ ਵੀ ਲਿਖਿਆ ਵਾ ਹੁੰਦਾ ਗਾ ਇੱਕੋ ਮਾਰਕ। ਤਾਂ ਇੱਕੋ ਮਾਰਕ ਕਿਹੜੀ ਚੀਜ਼ ਨੂੰ ਡਿਨਾਊਟ ਕਰਦਾ ਰਾਜੇ, ਕਾਹਦੇ ਵਾਸਤੇ ਇਹ ਦੱਸ ਰਿਹਾ ਕਿ ਭਾਈ ਜਿਹੜੀ ਆਪਾਂ ਚੀਜ਼ ਵਰਤ ਰਹੇ ਹਾਂ ਉਹ ਆਪਣੀ ਇਨਵਾਇਰਮੈਂਟ ਫਰੈਂਡਲੀ ਹੈ, ਕਿ ਇਹਦਾ ਵਾਤਾਵਰਨ ਨੂੰ ਕੋਈ ਵੀ ਨੁਕਸਾਨ ਨਹੀਂ ਹੈਗਾ, ਠੀਕ ਹੈ ਜੀ, ਨਹੀਂ ਹੈਗਾ, ਇਹਦਾ ਮਤਲਬ ਇਹ ਹੈਗੇ। ਚਲੋ ਕਹਿੰਦੇ ਜੀ ਹੇਠ ਲਿਖੇ ਰਾਜਾਂ ਵਿੱਚੋਂ ਕਿਸਨੇ ਹਾਲ ਹੀ ਦੇ ਵਿੱਚ ਗ੍ਰੀਨ ਹਾਊਸ ਫਾਰਮਿੰਗ ਦੀ ਸ਼ੁਰੂਆਤ ਕੀਤੀ ਹੈ। ਇਹ ਪੁਰਾਣਾ ਪ੍ਰਸ਼ਨ ਆ, ਪੰਜਾਬ ਨੇ ਭਾਈ ਸਾਹਿਬ ਗ੍ਰੀਨ ਹਾਊਸ ਫਾਰਮਿੰਗ ਦੀ ਸ਼ੁਰੂਆਤ ਕੀਤੀ ਸੀਗੀ, ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਕਹਿੰਦੇ ਸ਼ਹਿਰੀਕਰਨ ਹੋ ਰਿਹਾ ਦਿਨੋਂ ਦਿਨ ਅਤੇ ਉਦਯੋਗੀਕਰਨ ਹੋ ਰਿਹਾ ਹੈ। ਸ਼ਹਿਰੀਕਰਨ ਦੇ ਮਤਲਬ ਤੁਸੀਂ ਦੇਖਿਓ ਕਿ ਪਹਿਲਾਂ ਜੇਕਰ ਤੁਸੀਂ ਅੱਜ 10 ਸਾਲ ਪਹਿਲਾਂ ਦੇਖੇ ਹੋਣਗੇ, ਜਿੱਥੇ ਕਿਸੇ ਕਲੋਨੀ ਦੇ ਵਿੱਚ 2 ਘਰ ਸੀ ਜਾਂ 5 ਘਰ ਸੀ, ਅੱਜ ਦੇ ਸਮੇਂ ਵਿੱਚ ਉੱਥੇ 40-40, 30-30, 35-35 ਘਰ ਪਏ ਹੈ, ਠੀਕ ਹੈ ਜੀ। ਕਿੰਨਾ ਜ਼ਿਆਦਾ ਵਿਕਾਸ ਹੋ ਰਿਹਾ ਸ਼ਹਿਰਾਂ ਦੇ ਵਿੱਚ ਵਿਕਾਸ ਹੋ ਰਿਹਾ, ਤਾਂ ਉਹਦੇ ਕਰਕੇ ਜਨਸੰਖਿਆ ਵੱਧ ਰਹੀ ਹੈ, ਮਸ਼ੀਨਰੀ ਵੱਧ ਰਹੀ, ਅਤੇ ਉਦਯੋਗ ਜਿੱਥੇ ਰਸ਼ ਹੋਊਗਾ ਜ਼ਿਆਦਾ ਉੱਥੇ ਉਦਯੋਗ ਵੀ, ਇੰਡਸਟਰੀਆਂ ਵੀ ਆਉਣਗੀਆਂ ਆਉਣਗੀਆਂ। ਇਹ ਦੋਨੇ ਚੀਜ਼ਾਂ ਕਹਿੰਦੇ ਹਾਨੀਕਾਰਕ ਹੈ, ਇਹ ਜ਼ਿਆਦਾਤਰ ਹਾਨੀਕਾਰਕ ਕਾਹਦੇ ਵਾਸਤੇ ਆ, ਕਾਹਦੇ ਨੂੰ ਨੁਕਸਾਨ ਪਹੁੰਚਾਉਂਦੀਆਂ ਇਹ, ਠੀਕ ਹੈ ਜੀ।
ਹੋਰ ਬੈਨ ਸੰਤੁਲਿਤ ਵਿਕਾਸ ਦੇ ਵਾਸਤੇ ਵੀ ਹਾਨੀਕਾਰਕ ਆ ਸੁਣਿਓ, ਇਨਵਾਇਰਮੈਂਟ ਅਤੇ ਇਕੋਲੋਜੀ, ਇਕਾਲੋਜੀ ਨੂੰ ਵੀ ਆਪਾਂ ਵਾਤਾਵਰਨ ਹੀ ਕਹਿੰਦੇ ਹਾਂ, ਠੀਕ ਹੈ ਜੀ, ਉਹਦੇ ਵਾਸਤੇ ਵੀ ਹਾਨੀਕਾਰਕ ਹੈ। ਜੈਵ ਵਿਭਿੰਨਤਾ ਜਿਹੜੇ ਆਪਣੇ ਪੌਦੇ ਹੋ ਗਏ, ਪੰਛੀ ਹੋ ਗਏ, ਠੀਕ ਹੈ ਜੀ, ਆਪਣਾ ਪਾਣੀ ਹੋ ਗਿਆ, ਉਹਨਾਂ ਵਾਸਤੇ ਵੀ ਇਹ ਚੀਜ਼ਾਂ ਮਾੜੀਆਂ ਹੈਗੀਆਂ। ਤਾਂ ਇਹਦਾ ਆਨਸਰ ਆਜੂਗਾ ਆਪਣਾ ਡੀ ਨੰਬਰ ਆਪਸ਼ਨ, ਆਲ ਆਫ ਅਬਵ, ਠੀਕ ਹੈ ਜੀ। ਚਲੋ ਕਹਿੰਦੇ ਜੀ ਐਨ ਜੀ ਟੀ ਨੂੰ ਗਵਰਨਮੈਂਟ ਆਫ ਇੰਡੀਆ ਦੁਆਰਾ, ਠੀਕ ਹੈ ਜੀ, ਐਨ ਜੀ ਟੀ ਨੂੰ ਗਵਰਨਮੈਂਟ ਆਫ ਇੰਡੀਆ ਦੁਆਰਾ ਸਥਾਪਨਾ ਇਹਦੀ ਕਦੋਂ ਕੀਤੀ ਗਈ ਸੀ? ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਜੀ, ਦੱਸੋ ਕਦੋਂ ਸਥਾਪਨਾ ਕੀਤੀ ਗਈ ਸੀ ਐਨ ਜੀ ਟੀ ਦੀ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ? 2010 ਦੇ ਵਿੱਚ, 2010 ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ ਸੀ। ਬਹੁਤ ਹੀ ਜ਼ਿਆਦਾ ਮਹੱਤਵਪੂਰਨ ਪ੍ਰਸ਼ਨ ਹੈ ਰਾਜੇ। ਸੋ ਤੋਂ ਕਈ ਵਾਰੀ ਪੁੱਛਿਆ ਜਾਊਗਾ ਕਿ ਇੱਕ ਗ੍ਰੀਨ ਡਿਵਲਪਮੈਂਟ ਇੱਕ ਬੁੱਕ ਹੈਗੀ, ਉਹਦਾ ਔਥਰ ਕੌਣ ਹੈਗਾ? ਉਹਦਾ ਔਥਰ ਹੈਗਾ BWM ਐਡਮ, ਠੀਕ ਹੈ ਜੀ, ਇਹ ਆਊਗਾ ਇਹਦਾ ਪ੍ਰਸ਼ਨ ਦਾ ਸਹੀ ਉੱਤਰ। ਓਕੇ ਜੀ, ਚਲੋ ਕਹਿੰਦੇ ਜੀ ਮੈਨੀ ਟ੍ਰਾਂਸਪਲੇਟਡ ਸੀਡਲਿੰਗਸ ਡੂ ਨੋਟ ਗਰੋ ਬਿਕੋਸ, ਹੁਣ ਕਈ ਵਾਰੀ ਕੀ ਹੁੰਦਾ ਰਾਜੇ, ਆਪਾਂ ਇੱਕ ਬੂਟਾ, ਮਤਲਬ ਆਪਾਂ 10 ਬੂਟੇ ਪੱਟ ਕੇ ਦੂਜੇ ਥਾਂ 'ਤੇ ਲਾ ਤੇ, ਇੱਥੋਂ ਬੂਟੇ ਪੱਟ ਕੇ ਇੱਥੇ ਲਾ ਤੇ, 10 ਬੂਟਿਆਂ ਦੇ ਵਿੱਚੋਂ ਸਿਰਫ 7 ਬੂਟੇ ਚੱਲੇ ਆ, ਦੂਜੇ 3 ਬੂਟੇ ਚੱਲੇ ਨਹੀਂ ਹੈਗੇ, ਉਹਦਾ ਕਹਿੰਦੇ ਮੋਟਾ ਮੋਟਾ ਕਾਰਨ ਦੱਸੋ ਸਾਨੂੰ, ਕੀ ਕਾਰਨ ਹੈ ਕਿ ਉਹ ਬੂਟੇ ਚੱਲੇ ਕਿਉਂ ਨਹੀਂ ਹੈਗੇ? ਠੀਕ ਹੈ ਜੀ, ਕਹਿੰਦੇ ਜੀ ਕਿਉਂ ਨਹੀਂ ਚੱਲੇ ਹੈਗੇ, ਚਲੋ ਦੇਖ ਲੈਂਦੇ ਹਾਂ। ਕਹਿੰਦੇ ਜੀ ਨਵੀਂ ਮਿੱਟੀ ਵਿੱਚ ਅਨੁਕੂਲ ਖਣਿਜ ਨਹੀਂ ਹੁੰਦੇ ਹੋਣੇ, ਕਿਤੇ ਨਾ ਕਿਤੇ ਕਾਰਨ ਹੋ ਸਕਦਾ ਹੈਗਾ, ਪਰ ਬਾਹਲਾ ਐਕੂਰੇਟ ਨਹੀਂ ਹੈਗਾ। ਜ਼ਿਆਦਾਤਰ ਜੜ੍ਹਾਂ ਦੇ ਬਾਲ ਨੀਵੀਂ ਮਿੱਟੀ ਨੂੰ ਬਹੁਤ ਸਖਤ ਪਕੜ ਲੈਂਦੇ ਹਨ, ਨਹੀਂ ਜੀ, ਟ੍ਰਾਂਸਪਲਾਂਟੇਸ਼ਨ ਦੌਰਾਨ ਜੜ੍ਹਾਂ ਦੇ ਜ਼ਿਆਦਾਤਰ ਬਾਲ ਗਮਾਚ ਜਾਂਦੇ ਹਨ, ਬਿਲਕੁਲ ਸਹੀ ਗੱਲ ਹੈ, ਸੀ ਨੰਬਰ ਆਪਸ਼ਨ ਹੈ, ਬਿਲਕੁਲ ਸਹੀ ਆਨਸਰ ਆਊਗਾ। ਠੀਕ ਹੈ ਜੀ, ਬਿਲਕੁਲ ਸਹੀ ਆਨਸਰ ਆਊਗਾ ਇਹਦਾ। ਚਲੋ ਕਹਿੰਦੇ ਜੀ ਵਾਤਾਵਰਨ ਇਨਵਾਇਰਮੈਂਟ ਡੀਗ੍ਰੇਡੇਸ਼ਨ, ਵਾਤਾਵਰਨ ਦੇ ਵਿੱਚ ਗਿਰਾਵਟ ਹੋ ਰਹੀ ਹੈ ਦਿਨੋਂ ਦਿਨ, ਠੀਕ ਹੈ ਜੀ, ਵਾਤਾਵਰਨ ਦੇ ਵਿੱਚ ਦਿਨੋਂ ਦਿਨ ਗਿਰਾਵਟ ਹੋ ਰਹੀ ਹੈ। ਕਹਿੰਦੇ ਗਿਰਾਵਟ ਦਾ ਮਤਲਬ ਕੀ ਹੈਗਾ? ਠੀਕ ਹੈ ਜੀ, ਕੀ ਮਤਲਬ ਹੈ ਇਹਦਾ ਦੱਸੋ, ਦੱਸੋ ਜੀ ਕੀ ਕਾਰਨ ਆ ਇਹਦੇ ਵਿੱਚ? ਕਹਿੰਦੇ ਵਾਤਾਵਰਨ ਗੁਣਾਂ ਦਾ ਸਮੁੱਚਾ ਪਤਨ, ਜਿਹੜੇ ਆਪਣੇ ਵਾਤਾਵਰਨ ਦੇ ਗੁਣਾਂ ਕਹਿੰਦੇ, ਠੀਕ ਹੈ ਜੀ, ਉਹ ਦਿਨੋਂ ਦਿਨ ਅਲੋਪ ਹੁੰਦੇ ਜਾ ਰਹੇ ਹੈਗੇ, ਇਹ ਕਾਰਨ ਹੈ। ਹੋ ਸਕਦਾ ਜੀ ਇਹ ਕਾਰਨ ਵੀ ਹੋਵੇ, ਵਾਤਾਵਰਨ ਜਿਹੜਾ ਦਿਨੋਂ ਦਿਨ ਆਪਣੇ ਵਾਤਾਵਰਨ ਦੇ ਵਿੱਚ ਜਿੰਨੀ, ਹੁਣ ਪਹਿਲਾਂ ਦੇਖੋ ਜੀ ਕਿੰਨਾ ਟੈਂਪਰੇਚਰ ਵਧੀਆ ਹੁੰਦਾ ਸੀਗਾ, ਉਦੋਂ ਏ ਸੀ ਨਹੀਂ ਹੁੰਦੇ ਸੀਗੇ, ਕਿੰਨਾ ਉਦੋਂ ਇੰਡਸਟਰੀਆਂ ਨਹੀਂ ਹੁੰਦੀਆਂ ਸੀ, ਜੰਗਲ ਕਿੰਨੇ ਹੁੰਦੇ ਸੀਗੇ, ਠੀਕ ਹੈ ਜੀ, ਕਿੰਨੇ ਜੀਵ ਜੰਤੂ ਹੁੰਦੇ ਸੀ, ਉਦੋਂ ਰੇਹਾਂ ਸਪਰੇਹਾਂ ਨਹੀਂ ਹੁੰਦੀਆਂ ਸੀਗੀਆਂ, ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ। ਇਸ ਤੋਂ ਬਾਅਦ ਕਹਿੰਦੇ ਮਨੁੱਖੀ ਗਤੀਵਿਧੀਆਂ ਦੁਆਰਾ ਲਿਆਂਦੀਆਂ ਮਾੜੀਆਂ ਤਬਦੀਲੀਆਂ, ਬਿਲਕੁਲ ਸਹੀ ਗੱਲ ਹੈ ਜੀ, ਇਹਦੇ ਕਾਰਨ ਵੀ ਵਾਤਾਵਰਨ ਦੀ ਜਿਹੜੀ ਆਪਣੀ ਕੁਆਲਿਟੀ ਹੈ ਉਹਦੇ ਵਿੱਚ ਕਮੀ ਆਈ ਹੈ। ਠੀਕ ਹੈ ਜੀ, ਵਾਤਾਵਰਨ ਸੰਬੰਧੀ ਵਿਭਿੰਨਤਾ ਅਤੇ ਕਾਰਨਾਂ, ਵਾਤਾਵਰਨ ਸੰਬੰਧੀ ਆਸਨ, ਜਿਹੜੀਆਂ ਵਾਤਾਵਰਨ ਦੀਆਂ ਆਪਣੀਆਂ ਵਿਭਿੰਨਤਾਵਾਂ ਹੈਗੀਆਂ, ਜਿੰਨੇ ਆਪਣੇ ਪੰਛੀ ਦਰੱਖਤ, ਠੀਕ ਹੈ ਜੀ, ਉਹਨਾਂ ਦਾ ਵੀ ਬੁਰਾ ਹਾਲ ਹੋ ਗਿਆ ਜਦੋਂ ਆਪਾਂ ਵਾਤਾਵਰਨ ਨੂੰ ਅਸੰਤੁਲਨ ਕਰਤਾ, ਤਾਂ ਇਹਦਾ ਰਾਜੇ ਆਨਸਰ ਆਜੂਗਾ ਡੀ ਨੰਬਰ ਆਪਸ਼ਨ, ਸਾਰੇ ਇਹਦੇ ਇਨਵਾਇਰਮੈਂਟ ਦੇ ਡਿੱਗਣ ਦੇ ਆਪਣੇ ਕਾਰਨ। ਠੀਕ ਹੈ ਜੀ, ਇਸ ਤੋਂ ਬਾਅਦ ਅਗਲੇ ਦੇ ਵਿੱਚ ਕੀ ਕਹਿੰਦੇ ਆ? ਕਹਿੰਦੇ ਜੀ ਗਲੋਬਲ ਇਨਵਾਇਰਮੈਂਟ ਫੈਕਿਲਿਟੀ, ਠੀਕ ਹੈ ਜੀ, ਇਹ ਕੀ ਚੀਜ਼ ਹੈ? ਕਹਿੰਦੇ ਇਹ ਜੈਵਿਕ ਵਿਭਿੰਨਤਾ ਅਤੇ ਕਨਵੈਨਸ਼ਨ ਐਂਡ ਕਲਾਈਮੇਟ ਚੇਂਜ ਐਂਡ ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਲਈ ਵਿੱਤੀ ਵਜੋਂ ਕੰਮ ਕਰਦੀ ਹੈ। ਠੀਕ ਹੈ ਜੀ, ਚਲੋ ਇਸ ਤੋਂ ਬਾਅਦ ਅਗਲਾ, ਇਹ ਪ੍ਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਕਹਿੰਦੇ ਜੈਂਟੈਕਸ ਇੰਜੀਨੀਅਰਿੰਗ, ਠੀਕ ਹੈ ਜੀ, ਐਪਰੇਜ਼ਲ ਕਮੇਟੀ ਹੈ ਜਿਹੜੀ, ਇਹ ਕਿਸਦੇ ਅਧੀਨ ਕੀਤਾ, ਕਿਸਦੇ ਗਠਨ ਇਹਦਾ ਕਿਸਦੇ ਅਧੀਨ ਕੀਤਾ ਗਿਆ ਸੀਗਾ? ਜੈਂਟੈਕ ਕਮੇਟੀ ਕੀ ਹੁੰਦੀ, ਜਿਵੇਂ ਜਿਵੇਂ ਆਪਣੇ ਦਿਨੋਂ ਦਿਨ ਬੀ ਸੁਧਰ ਕੇ ਆ ਰਹੇ ਹੈ, ਠੀਕ ਹੈ ਜੀ, ਗ੍ਰੀਨ ਰੈਵੋਲਿਊਸ਼ਨ ਲਿਆਉਂਦੀ ਹੈ, ਉਹ ਚੀਜ਼ਾਂ ਹੁੰਦੀਆਂ ਹੈਗੀਆਂ। ਇਹ ਰਾਜੇ ਕਿਹੜੇ ਐਕਟ ਦੇ ਅਧੀਨ ਲਿਆਉਂਦੀ ਸੀ? ਇਨਵਾਇਰਮੈਂਟ ਪ੍ਰੋਟੈਕਸ਼ਨ ਐਕਟ 1986।
ਕੁਦਰਤੀ ਖੇਤੀ ਦੀ ਖੋਜ ਕਿਹਨੇ ਕੀਤੀ ਸੀ? ਕੁਦਰਤੀ ਖੇਤੀ, ਨੈਚੁਰਲ ਫਾਰਮਿੰਗ, ਠੀਕ ਹੈ ਜੀ, ਨੈਚੁਰਲ ਫਾਰਮਿੰਗ ਦੀ ਖੋਜ ਕਿਹਨੇ ਕਰੀ ਸੀ ਰਾਜੇ? ਮਹੱਤਵਪੂਰਨ ਪ੍ਰਸ਼ਨ ਹੈ, ਐੱਮ ਐੱਸ ਸਵਾਮੀਨਾਥਨ ਨੇ ਕਰੀ ਸੀ ਨੈਸ਼ਨਲ ਨੈਚੁਰਲ ਫਾਰਮਿੰਗ ਦੀ, ਠੀਕ ਹੈ ਜੀ। ਅਤੇ ਐੱਮ ਐੱਸ ਰੰਧਾਵਾ ਰਾਜੇ, ਇਹਨਾਂ ਨੂੰ ਪੰਜਾਬ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਕਿਹਾ ਜਾਂਦਾ ਗਾ, ਅਤੇ ਦੁਨੀਆਂ ਦੇ ਵਿੱਚ ਹਰੀ ਕ੍ਰਾਂਤੀ ਦਾ ਪਿਤਾ ਡਾਕਟਰ ਨੋਰਮਨ ਬੋਰਲੌਗ ਨੂੰ ਕਿਹਾ ਜਾਂਦਾ ਗਾ, ਠੀਕ ਹੈ ਜੀ, ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਗਾ। ਚਲੋ ਜੀ, ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ 'ਤੇ। ਅਗਲੇ ਪ੍ਰਸ਼ਨ ਦੇ ਵਿੱਚ ਕੀ ਕਹਿੰਦੇ? ਕਹਿੰਦੇ ਜੀ, ਦਾ ਗ੍ਰੀਨ ਟ੍ਰਿਬਿਊਨਲ ਐਕਟ 2010 ਆਪਾਂ ਪਹਿਲਾਂ ਕਰਕੇ ਆਏ ਹਾਂ ਕਿ ਐੱਨ ਜੀ ਟੀ ਹੈ ਜਿਹੜਾ, ਇਹਨੂੰ ਕਦੋਂ ਲਾਗੂ ਕੀਤਾ ਗਿਆ ਸੀ? ਆਪਾਂ ਪਹਿਲਾਂ ਵਾਲੇ ਪ੍ਰਸ਼ਨ ਦੇ ਵਿੱਚ ਪੜ੍ਹ ਕੇ ਗਏ ਹਾਂ ਜੀ ਕਿ ਇਹਨੂੰ 2010 ਦੇ ਵਿੱਚ ਲਾਗੂ ਕੀਤਾ ਗਿਆ ਸੀਗਾ। ਜਦੋਂ ਆਪਾਂ ਇੱਕ ਪ੍ਰਸ਼ਨ ਹੋਰ ਵੀ ਪੜ੍ਹ ਕੇ ਗਏ ਸੀ ਕਿ ਗ੍ਰੀਨ ਡਿਵਲੈਪਮੈਂਟ ਦਾ ਔਥਰ ਕੌਣ ਆ, ਮੈਂ ਤੁਹਾਨੂੰ ਕਰਾਇਆ ਸੀ WM ਐਡਮ, ਠੀਕ ਹੈ ਜੀ, 18ਵਾਂ ਪ੍ਰਸ਼ਨ ਸੀ ਜਿਹੜਾ ਆਪਾਂ ਕਰਕੇ ਗਏ ਹੈਗੇ। ਕਹਿੰਦੇ ਜੀ, ਇਹ ਐਕਟ 2010 ਨੂੰ ਭਾਰਤੀ ਸੰਵਿਧਾਨ ਦੇ ਕਿਸ ਦੇ ਅਨੁਕੂਲ ਬਣਾਇਆ ਗਿਆ ਗਾ? ਕਿਹੜੇ ਐਕਟ ਦੇ ਅਨੁਕੂਲ ਆ ਰਾਜੇ? ਇਹ ਆਪਣਾ ਕਿਹੜੇ ਆ ਜਾਂਦਾ? ਇਹ ਆਪਣਾ ਆ ਜਾਂਦਾ ਜੀ ਆਰਟੀਕਲ ਏ ਦੇ ਅਨੁਕੂਲ। ਏ ਆਪਸ਼ਨ ਦੇ ਵਿੱਚ ਕਿਹੜਾ ਆ ਜਾਂਦਾ? ਰਾਈਟ ਟੂ ਹੈਲਥ ਇਨਵਾਇਰਮੈਂਟ ਕੰਟਰੈਕਸ਼ਨ ਇਜ਼ ਪਾਰਟ ਆਫ ਰਾਈਟ ਟੂ ਲਾਈਫ ਅੰਡਰ ਆਰਟੀਕਲ 21 ਦੇ ਵਿੱਚ ਆ ਜਾਂਦਾ। ਜੇ ਤੁਹਾਨੂੰ ਕਿਤੇ ਵੀ ਐੱਨ ਜੀ ਟੀ ਬਾਰੇ ਪੁੱਛਦਾ ਕਿ ਐੱਨ ਜੀ ਟੀ ਹੈ ਜਿਹੜੀ ਨੈਸ਼ਨਲ ਟ੍ਰਿਬਿਊਨਲ, ਇਹ ਕਿਹੜੇ ਐਕਟ ਦੇ ਵਿੱਚ ਆਉਂਦਾ ਗਾ? ਤੁਸੀਂ ਕਹਿੰਦੇ ਜੀ ਆਰਟੀਕਲ 21 ਦੇ ਤਹਿਤ ਇਹ ਆਉਂਦਾ ਗਾ, ਠੀਕ ਹੈ ਜੀ। ਚਲੋ, ਇਹਨਾਂ ਰਾਜੇ ਅੱਜ ਆਪਣਾ ਇਨਵਾਇਰਮੈਂਟ ਦਾ, ਠੀਕ ਹੈ ਜੀ, ਪਹਿਲਾ ਲੈਕਚਰ ਹੈ ਜਿਹੜਾ ਇਹ ਕੰਪਲੀਟ ਹੁੰਦਾ। ਪਹਿਲੇ ਲੈਕਚਰ ਦਾ ਨਾਮ ਕੀ ਹੈਗਾ? ਇਨਵਾਇਰਮੈਂਟ ਐਂਡ ਸਸਟੇਨੇਬਲ ਡਿਵਲਪਮੈਂਟ, ਜਿਹਨੂੰ ਕਹਿੰਦੇ ਆ ਵਰਤਾਵਰਨ ਅਤੇ ਟਿਕਾਊ ਵਿਕਾਸ। ਸਾਰੇ ਪ੍ਰਸ਼ਨ NCERT ਬੁੱਕ ਨੂੰ ਫੋਲੋ ਕਰਕੇ ਬਣਾਏ ਹੋਏ ਹੈਗੇ, ਠੀਕ ਹੈ ਜੀ। ਸਾਰੇ ਜਿਹੜੇ IPS, IAS, PCS, SSC, PSSSV ਇਹਨਾਂ ਪੇਪਰਾਂ ਦੇ ਵਿੱਚੋਂ ਹੀ ਕੱਢ ਕੇ ਪ੍ਰਸ਼ਨ ਬਣਾਏ ਹੋਏ ਰਾਜੇ। ਬਹੁਤ ਜ਼ਿਆਦਾ ਮਿਹਨਤ ਦੇ ਨਾਲ ਇਹ ਲੈਕਚਰ ਤਿਆਰ ਕੀਤੇ ਹੋਏ ਆ, ਬਹੁਤ ਜ਼ਿਆਦਾ, ਜਿੰਨਾ ਵੀ ਤੁਸੀਂ ਕਹੋ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਰਿਸਪੋਂਸ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ। ਸਾਰੀਆਂ GK ਦੀਆਂ ਕਲਾਸਾਂ ਤੁਹਾਨੂੰ ਇਸ ਤਰ੍ਹਾਂ ਹੀ ਮਿਲਣਗੀਆਂ ਜਿਵੇਂ ਤੁਹਾਡੀ ਕਲਾਸ A ਲੱਗੀ ਹੈ, ਠੀਕ ਹੈ ਜੀ, ਬਿਲਕੁਲ ਪੰਜਾਬੀ ਦੇ ਵਿੱਚ, ਠੇਠ ਪੰਜਾਬੀ ਦੇ ਵਿੱਚ, ਠੀਕ ਹੈ ਰਾਜੇ। ਅਤੇ ਧੰਨਵਾਦ ਮੇਰੇ ਦੋਸਤੋ, ਜਿਉਂਦੇ ਵਾਸਤੇ ਰਹੋ।